ਪ੍ਰੋਗਰਾਮ ਲਾ ਕੇ ਸ਼ਾਮ ਨੂੰ 5-7 ਲੱਖ ਰੁਪਇਆ ਲੈ ਕੇ ਪੇਮੈਂਟਾਂ ਕਰ ਲੈਂਦਾ ਹੁੰਦਾ ਸੀ। ਮੈਂ ਤੁਹਾਨੂੰ ਕਦੀ ਇਹ ਗੱਲ ਨਹੀਂ ਦੱਸੀ, ਪਰ ਮੈਂ ਬਹੁਤ ਨਰਵਸ ਸੀਗੀ ਕਿਉਂਕਿ ਮੈਂ ਪ੍ਰੈਗਨੈਂਸੀ ਤੋਂ ਬਾਅਦ ਆ ਰਹੀ ਸੀ। ਮੈਨੂੰ ਆਈ ਸੀ ਕਿ ਇਹਨਾਂ ਨੂੰ ਆਈ ਨਾ ਸਮਝਣ ਵੀ ਮੈਂ ਹੁਣ ਮੈਨੂੰ ਐਕਟਿੰਗ ਨਹੀਂ ਆਉਂਦੀ, ਆਈ ਡੋਨਟ ਲੁੱਕ ਔਨ ਸਕਰੀਨ ਐਨੀ ਮੋਰ। ਬਹੁਤ ਹੀ ਔਖੀ ਵਾਹੀ ਸੀ, ਮੈਂ ਨਹੀਂ ਕਰ ਸਕਦਾ ਜੀ ਐਂਡ ਆਲ ਦੈਟ। ਤੇ ਫਿਰ ਮੈਨੂੰ ਦਿਲਜੀਤ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਕੀ ਕਰ ਰਹੇ ਹੋ, ਮਤਲਬ ਬੀ ਦ ਰੀਅਲ ਯੂ। ਕੌਣ ਲੈ ਕੇ ਦਿੰਦਾ ਪੰਜਾਬ 'ਚ ਸਕ੍ਰਿਪਟ? ਯੂ ਆਰ ਸੇਇੰਗ ਦੈਟ ਇਟਸ ਅ ਟਰੂ। ਕੌਣ ਇੱਕ ਦਿਨ ਛੱਡ ਕੇ ਕੋਈ ਨਹੀਂ ਲੈਂਦਾ, ਜਸ ਮੰਗਰੀਆਂ ਪਤਾ ਨਹੀਂ ਕਿੰਨੇ। ਮੈਂ ਡਿਊਟੀ ਲਾਤੀ ਸੀ ਸਚਿਨ ਜੀ, ਮੇਰੇ ਫੋਨ 'ਚ ਹੈ ਨਹੀਂ ਆ, ਮੈਂ ਡਿਊਟੀ ਲਾਤੀ ਸੀ। ਜੋ ਜੀ ਫੋਟੋ ਬ੍ਰਦਰ, ਸੋ ਬੈਡ ਯਾਰ, ਇੰਨਾ ਜਲੀਲ ਕਰਾ ਰਿਹਾ ਮੈਨੂੰ, 5-7 ਮਿੰਟਾਂ 'ਚ ਹੋ ਜਾਣਾ ਖਤਮ। ਕਹਿ ਤੂੰ ਐਕਟ੍ਰੈਸਿਸ ਨੂੰ, ਹੁਣ ਸੋਨ ਮੈਨੂੰ ਲੋਕ ਕਮੈਂਡੀ ਨੂੰ ਤੂੰ ਲੋਕ ਕਹਿ ਰਿਹਾ। ਗਾਇਸ ਚੱਲ ਆ ਜਾ ਫਿਰ, ਡੋਨਟ ਸੇ ਦੈਟ ਨਾਊ, ਆਈ ਐਮ ਜਸਟ ਲਾਈਕ ਅੰਡਰਲਾਈਨਿੰਗ ਇਟ ਲਾਈਕ। ਜੇ ਕਿਤੇ ਫਿਲਮ ਮਾੜੀ ਹੋਵੇ ਨਾ, ਓਏ ਹੋਏ, ਮੈਂ 20-20 ਦਿਨ ਲੈ ਲੈਣ ਡਬਿੰਗ ਕਰ ਲੈਣ, ਰੋਜ਼ ਦੋ ਇੱਕ ਅੱਧੀ ਕਰੀਲ ਕਰ ਲਈ, ਚੱਲੀਏ ਯਾਰ ਵਧੀਆ ਨਹੀਂ ਹੈਗੀ। ਵਟ ਇਜ਼ ਯੋਰ ਵਰਸਟ ਪਲੇਨ ਰਾਈਡ? ਗਿਆਨੀ ਭਾਜੀ ਸੀ, ਗੁਰਪ੍ਰੀਤ ਭਲੇੜੀ ਭਾਜੀ, ਮਤਲਬ 1.5 ਘੰਟਾ ਹੀ ਨਾਮ ਜਪਿਆ ਦੂੰਗਾ ਜਣੇ ਨੇ। ਫਿਲਮਾਂ 'ਚ ਅਸੀਂ ਤਿੰਨਾਂ ਨੇ ਮਰ ਜਾਣਾ ਐਂਡ 'ਚ, ਕੋਈ ਨਵੀਂ ਗੱਲ ਦਾ ਕਿਸਮਤ 4। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸੰਚਾਰ। ਕੁਝ ਸਮਾਂ ਪਹਿਲਾਂ ਨਾ YouTube ਨੇ ਇੱਕ ਲਿਸਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰੀਨ ਗਾਣੇ ਜਿਨ੍ਹਾਂ ਨੂੰ ਸਭ ਤੋਂ ਵੱਧ ਵੇਖਿਆ ਗਿਆ ਉਹ ਸ਼ਾਮਿਲ ਕੀਤੇ ਗਏ ਸੀ। ਅਤੇ ਭਾਰਤ ਦੇ ਵਿੱਚੋਂ ਇੱਕ ਗਾਣਾ ਜਿਹੜਾ ਸਭ ਤੋਂ ਉੱਤੇ ਚਮਕਿਆ ਸੀ ਉਹ ਸੀ ਲੌਂਗ ਲਾਚੀ, ਅਤੇ ਉਹ ਜਦ ਆਇਆ ਸੀ ਉਸ ਵੇਲੇ ਧਮਾਲ ਪਿਆ ਸੀ, ਅਤੇ ਹੁਣ ਨਾ ਉਸ ਨੂੰ ਥੋੜ੍ਹਾ ਜਿਹਾ ਟਵਿਸਟ ਦੇ ਨਾਲ ਇੱਕ 2 ਅੱਗੇ ਲਗਾ ਦਿੱਤਾ ਗਿਆ ਹੈ। ਉਸ ਫਿਲਮ ਨੂੰ ਅੱਗੇ ਪੇਸ਼ ਕੀਤਾ ਜਾ ਰਿਹਾ ਅਤੇ ਉਸ ਦੇ ਗੀਤ ਜਿਹੜੇ ਨੇ ਉਹ ਆਲਰੇਡੀ ਸਭ ਨੂੰ ਪਸੰਦ ਆ ਰਹੇ ਨੇ, ਅਤੇ ਜਿਸ ਟੀਮ ਨੇ ਉਸ ਲੌਂਗ ਲਾਚੀ ਨੂੰ ਕ੍ਰੀਏਟ ਕੀਤਾ ਸੀ ਉਹ ਦੋਹੇ ਅੱਜ ਸਾਡੇ ਨਾਲ ਮੌਜੂਦ ਹੋਣ ਵਾਲੇ ਨੇ, ਉਹਨਾਂ ਨਾਲ ਅੱਜ ਖਾਸ ਗੱਲਬਾਤ ਜ਼ਰੂਰ ਹੋਣ ਵਾਲੀ ਹੈ। ਨੀਰੂ ਬਾਜਵਾ ਐਂਡ ਆਮੇ ਵਰਕ, ਵੈਲਕਮ ਟੂ ABP। ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ। ਅੱਜ ਓਪਨਿੰਗ ਠੀਕ ਕੀਤੀ ਤੂੰ? ਗੀਤ ਐਂ ਜੇ ਨਹੀਂ ਕਿਹਾ ਤੂੰ ਹਣਾ, ਮੈਂ ਅੱਜ ਨੋਰਮਲ ਜਾ ਕੇ। ਹੀ ਆਲਵੇਸ ਹੈਜ਼ ਅ ਪ੍ਰੋਬਲਮ, ਇਹਨਾਂ ਨੂੰ ਪਤਾ ਨਹੀਂ ਕੀ ਹੈ, ਮੈਂ ਐਦਾਂ ਹੀ ਬੋਲਦਾ ਆ ਯਾਰ। ਕੀ ਅੱਜ ਠੀਕ ਸੀ? ਮੈਂ ਐਦਾਂ ਹੀ ਠੀਕ ਕੀਤਾ, ਮੈਂ ਕਦੀ ਧਿਆਨ ਨਹੀਂ ਦਿੱਤਾ, ਮੈਂ ਦੇਖੂੰਗੀ ਨਾ। ਹੁਣ ਨੀਰੂ ਬਾਜਵਾ ਵੀ ਅੱਛਾ, ਇਹ ਮੇਰੀ ਓਪਨਿੰਗ ਟਾਈਮ ਹੈ। ਕੀ ਹਾਲ ਚਾਲ ਦੋਹਾਂ ਦੇ? ਵੈਸੇ ਚੜ੍ਹਦੀ ਕਲਾ ਫਰਕ ਹੈ, ਕਿੰਨਾ ਵਧੀਆ ਫਰਕ ਹੈ। ਦਵਾਈ ਲੈ ਰਹੇ ਨਾ ਟਾਈਮ ਤੇ? ਜੀ ਜੀ, ਬਹੁਤ ਕੀ ਹੋ ਗਿਆ? ਅੱਛਾ ਤੁਸੀਂ ਨਹੀਂ ਆ, ਮੈਂ ਮਿਸਿੰਗ ਸਮਥਿੰਗ? ਓਕੇ, ਵੀ ਵਿਲ ਟੈਲ ਯੂ ਲੇਟਰ, ਹੈ ਨਾ? ਦੈਟਸ ਵਾਈ ਹੀ ਇਜ਼ ਨਾਟ ਹੈਵਿੰਗ ਦ ਕਾਫੀ। ਓਕੇ, ਤੇ ਐਮੀ ਵੀਰੇ, ਲਾਈਕ ਟ੍ਰੇਲਰ ਆਇਆ ਤੇ ਉਸ ਤੋਂ ਬਾਅਦ ਗਾਣੇ ਦੀ ਚਰਚਾ ਜ਼ਿਆਦਾ ਹੋਣ ਲੱਗ ਗਈ ਕਿ ਹੁਣ ਲੌਂਗ ਲਾਚੀ 2 ਦਾ ਕੀ ਆਏਗਾ। ਲੌਂਗ ਲਾਚੀ ਦਾ ਟਾਈਟਲ ਟਰੈਕ ਜਿਹੜਾ ਆਇਆ 2 ਦਾ, ਉਹ ਵੀ ਬੜਾ ਨਾ ਇੱਕ ਨਾ ਚੱਕਵਾਂ ਗੀਤ ਜਿਹੜਾ ਕਹਿੰਦੇ ਸਾਰੇ ਕਹਿ ਰਹੇ ਨੇ ਕਿ ਹੌਲੀ ਹੌਲੀ ਗਰੋ ਕਰੂਗਾ, ਹੈ ਨਾ? ਸਭ ਤੋਂ ਪਹਿਲੇ ਦੱਸੋ ਕਿ ਇੱਦਾਂ ਦਾ ਪ੍ਰੋਜੈਕਟ ਜਦ ਆਪਾਂ ਬਣਾਉਂਦੇ ਹਾਂ ਤਾਂ ਕੀ ਚੱਲਦਾ ਹੁੰਦਾ ਦਿਮਾਗ ਦੇ ਵਿੱਚ, ਜਿਹੜਾ ਆਲਰੇਡੀ ਆਪਣੇ ਕੋਲ ਹਿੱਟ ਫਾਰਮੂਲਾ ਪਹਿਲਾਂ ਹੁੰਦਾ ਹੈ? ਡਰ ਲੱਗਦਾ ਹੁੰਦਾ ਭਾਜੀ ਜੈਨੂਇਨਲੀ, ਵੀ ਹੁਣ ਜਿੱਦਾਂ ਅਸੀਂ ਪਹਿਲਾਂ ਲੌਂਗ ਲਾਚੀ 2 ਦਾ ਗਾਣਾ ਰਿਲੀਜ਼ ਪਹਿਲਾਂ ਕਰਨਾ ਸੀ, ਮਤਲਬ ਜਿੱਦਾਂ ਹੁਣ ਟ੍ਰੇਲਰ ਆਇਆ, ਟ੍ਰੇਲਰ ਤੋਂ ਪਹਿਲਾਂ ਗਾਣਾ ਕਰਨ ਦੀ ਸੋਚਦੇ ਸੀਗੇ, ਬਟ ਫਿਰ ਸੋਚਿਆ ਵੀ ਪਹਿਲਾ ਗਾਣਾ 1 ਬਿਲੀਅਨ ਹੈ, ਥੋੜ੍ਹਾ ਜਿਹਾ ਸੋਚ ਕੇ ਵੀ ਜੇ ਗਾਣਾ ਉੱਤੇ ਥੱਲੇ ਹੋ ਗਿਆ ਰੱਬ ਨਾ ਕਰੇ। ਬਿਲਕੁਲ, ਹਾਲਾਂਕਿ ਅਸੀਂ ਕੌਨਫੀਡੈਂਟ ਸੀਗੇ ਗਾਣਾ ਵਧੀਆ ਸੀ, ਜੈਨੂਅਲੀ ਮੈਨੂੰ ਪਰਸਨਲੀ ਬਹੁਤ ਪਿਆਰਾ ਲੱਗਦਾ ਗਾਣਾ, ਹੈ ਨਾ, ਅਤੇ ਸਾਰਿਆਂ ਨੂੰ, ਅਤੇ ਸਾਨੂੰ ਇੱਦਾਂ ਲੱਗਦਾ ਸੀ 19 ਇੱਕੀ ਚੀਜ਼ ਹੋ ਗਈ ਅਤੇ ਫਿਰ ਫਿਲਮ 'ਤੇ ਇੰਪੈਕਟ ਪੈ ਸਕਦਾ, ਵੀ ਗਾਣਾ ਨਹੀਂ ਵਧੀਆ ਤਾਂ ਫਿਲਮ ਵੀ ਨਹੀਂ ਵਧੀਆ ਹੋਣੀ, ਲੋਕਾਂ ਨੇ ਇੱਦਾਂ ਸੋਚਣਾ, ਹੈ ਨਾ? ਬਟ ਫਿਰ ਅਸੀਂ ਪਹਿਲਾਂ ਸੋਚਿਆ ਵੀ ਚਲੋ ਟ੍ਰੇਲਰ ਕਰ ਲਈਏ, ਫਿਰ ਲੇਟਰ ਆਨ ਉਸ ਤੋਂ ਬਾਅਦ ਗਾਣਾ ਕੀਤਾ ਜਾ ਸਕਦਾ, ਅਤੇ ਚਲੋ ਮਤਲਬ ਅਸੀਂ ਆਪ ਓਨ ਕਰ ਰਹੇ ਹਾਂ, ਗਾਣਾ ਸਾਡੇ ਕੋਲ ਹੈ ਅਤੇ ਸਾਨੂੰ ਪਤਾ ਉਹ ਕਿੱਦਾਂ ਹੌਲੀ 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 ਗਰੋ ਕਰ ਰਹੇ ਹਾਂ ਨਾ ਨੈਚੁਰਲੀ, ਸੋ ਇਟ ਵਿਲ ਬੀ ਗੁੱਡ, ਮੋਸਟ ਪ੍ਰੋਬਬਲੀ 2-4 ਵੀਕਾਂ ਦੇ ਵਿੱਚ ਫਿਲਮ ਤੋਂ ਬਾਅਦ ਨਿਕਲ ਜੂਗਾ ਗਾਣਾ, ਜਦੋਂ ਸੀਜ਼ਨ ਆਊਗਾ ਸੀਜ਼ਨ ਦੇ ਵਿੱਚ। ਆਲਰੇਡੀ ਹਰ ਪਾਸੇ ਵੱਜਦਾ ਸੀ, ਸੁਣਦੇ ਨੀਰੂ, ਇਹ ਹੈਗੀ ਸੀ ਫੀਲਿੰਗ ਕਿ ਪਹਿਲੇ ਮੈਨੂੰ ਗਾਣਾ ਸੁਣਾਓ ਟਾਈਟਲ ਟਰੈਕ? ਇਸ ਵਾਰ ਅਸੀਂ ਜਦੋਂ ਮੈਂ ਐਮੀ ਜੀ ਅਤੇ ਅੰਬਰ ਜੀ ਨਾਲ ਕੰਮ ਕਰਦੀ ਹਾਂ ਤਾਂ ਉੱਥੇ ਬਿਲਕੁਲ ਹੀ ਟੈਨਸ਼ਨ ਫਰੀ ਆ, ਸੋ ਇਟਸ ਸਮ ਪੀਪਲ ਯੂ ਸਰੈਂਡਰ ਐਂਡ ਉੱਥੋਂ ਨੂੰ ਪੂਰਾ ਕੌਨਫੀਡੈਂਸ ਹੁੰਦਾ ਕਿ ਜੋ ਵੀ ਕਰਨਗੇ ਵਧੀਆ ਹੀ ਕਰਨਗੇ। ਨੀਰੂ ਬਾਜਵਾ ਬਹੁਤ ਘੱਟ ਹੀ ਜਿਹੜੇ ਸਰੈਂਡਰ ਕਰਦੀ ਆ, ਇਟਸ ਵੈਰੀ ਟਰੂ, ਨੋ ਚੋਇਸ, ਬਿਕੋਜ਼ ਇਹਨਾਂ ਦੇ ਇੱਕ ਕੋਚ ਨੇ ਮੈਨੂੰ ਕਿਹਾ ਸੀ, ਸ਼ੁਡ ਆਈ ਸੇ ਦੈਟ? ਹਾਂ, ਕਿਹਾ ਤਾਂ ਕਿਹਨੇ ਕਿਹਾ ਸੀ? ਆਈ ਐਮ ਨੀਰੂ ਬਾਜਵਾ, ਡੋਨਟ ਟੈਲ ਮੀ ਵਾਟ ਟੂ ਡੂ। ਓ ਗੋਡ, ਨਹੀਂ ਇਦਾਂ ਸਾਡੇ ਕੋਲ ਜਮਾ ਨਹੀਂ ਕੀਤਾ, ਜੈਨੂਇਨਲੀ ਜੈਨੂਇਨਲੀ ਜਮਾ ਨਹੀਂ ਕੀਤਾ। ਦਿਸ ਇਜ਼, ਮੈਨੂੰ ਪਤਾ ਹੁੰਦਾ ਸੀ ਕਿਹਦੀ ਗੱਲ ਕਰ ਰਹੇ ਹੋ, ਦੈਟਸ ਅਨਟਰੂ, ਚਲੋ ਉਹ ਰਹਿਣ ਦਿੰਦੇ ਆ। ਦਿਸ ਜੋੜੀ ਹੈ ਨਾ, ਮੈਨੂੰ ਹਜੇ ਵੀ ਯਾਦ ਹੈ ਐਮੀ ਵੀਰੇ, ਤੁਸੀਂ ਉਸ ਵੇਲੇ ਕਰੀਅਰ ਗਰੋ ਕਰ ਰਹੇ ਸੀਗੇ ਜਿਸ ਵਕਤ ਨੀਰੂ ਮੈਡਮ ਸਟਾਰ ਸੀਗੇ, ਹੈ ਨਾ? ਇਹਨਾਂ ਦੀ ਫਿਲਮਾਂ ਦੇ ਪ੍ਰੋਮੋਸ਼ਨਸ ਤੇ ਵੀ ਤੁਸੀਂ, ਹੈ ਨਾ, ਪਰਫਾਰਮ ਕੀਤਾ ਹੋਇਆ, ਹੈ ਨਾ? ਤੇ ਜਦ ਮੈਂ ਸੱਚੀ ਜਾਣਨਾ ਚਾਹੂੰਗਾ ਕਿ ਜਦ ਤੁਸੀਂ ਫਸਟ ਟਾਈਮ ਇਹਨਾਂ ਨਾਲ ਸ਼ੂਟ ਕਰ ਰਹੇ ਸੀਗੇ, ਲਾਈਕ ਲੌਂਗ ਲਾਚੀ 1 ਟਾਈਮ, ਕੀ ਥੋਟ ਸੀਗਾ? ਬਿਕੋਜ਼ ਲਾਸਟ ਇੰਟਰਵਿਊ ਦੇ ਵਿੱਚ ਨੀਰੂ ਬਾਜਵਾ ਮੈਨੂੰ ਕੀ ਕਿਹਾ ਕਿ ਮੈਂ ਉਸ ਟਾਈਮ ਬਹੁਤ ਨਰਵਸ ਸੀਗੀ।
ਮੇਰੇ ਨਾਲ ਕੰਮ ਕਰਨ ਲੱਗੇ ਨਹੀਂ ਨਹੀਂ ਕਿ ਲੌਂਗ ਲਾਚੀ ਟਾਈਮ ਅੱਛਾ ਲੌਂਗ ਲਾਚੀ ਟਾਈਮ ਬਿਕੋਜ਼ ਸ਼ੀ ਵਾਸ ਕਮਿੰਗ ਆਫਟਰ ਦ ਹਾਂ ਚੇਰ ਬਾਅਦ ਆ ਰਹੀ ਸੀਗੇ ਹਾਂ ਕਾਫੀ ਚੇਰ ਬਾਅਦ ਆਏ ਸੀਗੇ ਤੇ ਜੈਨੂਅਲੀ ਮੈਂ ਤਾਂ ਜਦੋਂ ਪਹਿਲੀ ਵਾਰੀ ਮੇਰੀ ਫੋਨ ਤੇ ਗੱਲ ਹੋਈ ਹੈ ਨਾ ਸੰਤੋਸ਼ ਜੀ ਨੇ ਗੱਲ ਕਰਾਈ ਉਦੋਂ ਕੋਈ ਫਿਲਮ ਦਾ ਪਲਾਨ ਕਰਦੇ ਸੀਗੇ ਮੇਰੇ ਖਿਆਲ ਨਿੱਕਾ ਜੈਲਦਾਰ ਵਨ ਆ ਗਈ ਸੀਗੀ ਉਦੋਂ ਬੰਬੂ ਕਾ ਨਿੱਕਾ ਜੈਲਦਾਰ ਵਨ ਆ ਗਈ ਤੇ ਮੈਂ ਮੇਰੇ ਅਜੇ ਵੀ ਯਾਦ ਹੈ ਪਤਾ ਨਹੀਂ ਸ਼ਾਇਦ ਮੈਂ ਪਟਿਆਲੇ ਸੀਗਾ ਇਕਬਾਲ ਇਨ ਹੋਟਲ ਦੇ ਵਿੱਚ ਅੱਛਾ ਤੇ ਮੇਰੇ ਯਾਦ ਆ ਮੇਰੇ ਤੋਂ ਫੋਨ ਕੀਤਾ ਸੀ ਤੇ ਮੈਂ ਤਾਂ ਮੈਂ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਤਾਂ ਇੱਦਾਂ ਚੱਲਦਾ ਸੀ ਹਨਾ ਮੈਨੂੰ ਕਿਉਂਕਿ ਅਸੀਂ ਤਾਂ ਪ੍ਰਮੋਸ਼ਨਾਂ 'ਤੇ ਗਏ ਹਾਂ ਨਾ ਅਤੇ ਉਸ ਲੈਵਲ ਦਾ ਵੇਖਿਆ ਮੈਂ ਕਿਹਾ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਵੀ ਘਬਰਾਟਿਆ ਨਾਲ ਮੈਂ ਕਿਹਾ ਮੇਰੀ ਮੰਮੀ ਬਹੁਤ ਵੱਡੀ ਫੈਨ ਨਹੀਂ ਤੁਹਾਡੀ ਇਹ ਵਗੈਰਾ ਮੈਂ ਤਾਂ ਆਹ ਲਈ ਗੱਲਾਂ ਕੀਤੀਆਂ ਪਹਿਲੀ ਕਨਵਰਸੇਸ਼ਨ ਸੀ ਮੇਰੀ ਅਤੇ ਉਸ ਤੋਂ ਬਾਅਦ ਜਦੋਂ ਕੰਮ ਕਰਿਆ ਸੀ ਅਤੇ ਉਸ ਤੋਂ ਬਾਅਦ ਉਦੋਂ ਪਹਿਲਾਂ ਹਰਜੀਤਾ ਕੀਤੀ ਸੀ ਅੱਛਾ ਅਤੇ ਹਰਜੀਤਾ ਤੋਂ ਬਾਅਦ ਹਰਜੀਤਾ ਵਾਲਾ ਮੈਂ ਉਹ ਕਸਾਇਆ ਸੀਗਾ ਨਾ ਅਤੇ ਉਸ ਤੋਂ ਬਾਅਦ ਮੈਂ ਛੋਟਾ ਜਿਹਾ ਸੀ ਜਦੋਂ ਮੈਂ ਲੌਂਗ ਲਾਚੀ 'ਚ ਕੀਤਾ ਮੇਰੇ ਨਾਲ ਕੰਮ ਅਤੇ ਹੌਲੀ 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 ਉਦੋਂ ਪੜਾ ਖਾਧਾ ਬੈਕ ਟੂ ਬੈਕ ਖਾ ਕੇ ਅਤੇ ਮੈਂ ਕਿਹਾ ਨਾਲ ਅੰਬਰ ਭਾਅ ਜੀ ਨੀਰੂ ਮੈਡਮ ਨੂੰ ਮੈਂ ਕਹਿੰਦਾ ਨਾ ਕੰਮ ਕਰਨਾ ਵੀ ਥੋੜ੍ਹੇ ਜਿਹਾ ਰਾਜੀ ਹੋ ਜੀ ਹੈ ਨਾ ਵੀ ਬਹੁਤਾ ਛੋਟਾ ਜਿਹਾ ਹੁੰਦਾ ਸੀ ਮੈਂ 60-65 ਕਿਲੋ ਦਾ ਸੀਗਾ ਉਹਦੇ 'ਚ ਸਾਰਾ ਹਰਜੀਤਾ ਫਿਰ ਮੈਂ ਬੜਾ ਜ਼ੋਰ ਮਾਰਿਆ ਮੈਂ ਕਿਹਾ ਚੱਲ ਪਰ ਉਹਦੇ ਫਿਲਮ ਬਹੁਤ ਉਹਦਾ ਐਕਸਪੀਰੀਅੰਸ ਹੀ ਵੱਖਰਾ ਸੀ ਫਿਲਮ ਦਾ ਕਿਉਂਕਿ ਉਹਦੇ ਆਪ ਪ੍ਰੋਡਿਊਸਰ ਸੀਗੇ ਜਦੋਂ ਪੈਸੇ ਮੁੱਕ ਜਾਂਦੇ ਸੀ ਜਾ ਕੇ ਪ੍ਰੋਗਰਾਮ ਲਾ ਕੇ ਸ਼ਾਮ ਨੂੰ 5-7 ਲੱਖ ਰੁਪਏ ਲਿਆ ਕੇ ਪੇਮੈਂਟਾਂ ਕਰ ਲੈਂਦਾ ਹੁੰਦਾ ਸੀ ਚੱਲ ਵੰਡ ਦੋ ਜੀ ਵੰਡ ਦੋ ਸੋ ਇੱਦਾਂ ਚੱਲਿਆ ਸੀ ਉਹ ਤਾਂ ਮਤਲਬ ਵੱਖਰਾ ਐਕਸਪੀਰੀਅੰਸ ਸੀ ਪਤਲੇ ਹੋ ਗਏ ਸੀ ਐਂਡ ਆਮ ਲਾਈਕ ਓ ਗੋਡ ਬਟ ਓਬਵੀਅਸਲੀ ਅਮੇਜ਼ਿੰਗ ਐਕਸਪੀਰੀਅੰਸ ਹੀ ਤਾਂ ਅਸੀਂ ਦੁਬਾਰਾ ਕੰਮ ਕਰ ਰਹੇ ਹਾਂ ਐਂਡ ਆਈ ਥਿੰਕ ਹੀ ਇਜ਼ ਸੋ ਫੈਬੂਲਸ ਬਹੁਤ ਹੀ ਹੰਬਲ ਨੇ ਐਂਡ ਮਤਲਬ ਜੋ ਹੀਰੋ ਹੁੰਦਾ ਹੈ ਨਾ ਦੈਟਸ ਐਮੀ ਵਿਰਕ ਸੋ ਕਮਿੰਗ ਬੈਕ ਟੂ ਲੌਂਗ ਲਾਚੀ 2 ਫਸਟ ਡੇ ਆਫ ਸ਼ੂਟ ਲਾਈਕ ਮੈਨੂੰ ਇੰਨਾ ਪਤਾ ਕਿ ਗਰਮੀ ਦੇ ਵਿੱਚ ਹੈ ਨਾ ਉਹ ਵੀ ਰਾਜਸਥਾਨ 'ਚ ਜਾ ਕੇ ਤੁਸੀਂ ਸ਼ੂਟ ਕੀਤਾ ਆ ਆਈ ਜਸਟ ਵਾਂਟ ਟੂ ਨੋ ਕਿ ਕੀ ਮਾਹੌਲ ਸੀਗਾ ਉਸ ਵੇਲੇ ਮੈਂ ਤਾਂ ਸੀਗਾ ਨਹੀਂ ਪਹਿਲੇ ਦਿਨ ਤਾਂ ਮਤਲਬ ਨੀਰੂ ਜੀ ਅਤੇ ਅੰਬਰਜੀ ਹੋਣੀ ਸੀਗੇ ਉੱਥੇ ਭਗਵੰਤ ਬਾਈ ਹੋਣੀ ਉਹਨਾਂ ਨੇ ਕੀਤਾ ਸੀਗਾ ਸ਼ੁਰੂਆਤ ਮੈਂ ਤਾਂ ਖੈਰ ਮੇਰੇ ਖਿਆਲ ਉਦੋਂ ਪਤਾ ਨਹੀਂ ਕਿਹਾ ਹੋਰ ਕਿਸੇ ਸ਼ਾਇਦ ਕੋਈ ਫਿਲਮ ਦੀ ਪ੍ਰਮੋਸ਼ਨ ਵਗੈਰਾ ਕਰਦਾ ਹੋਊਗਾ ਕਿਉਂਕਿ ਇੰਨੀਆਂ ਤਾਂ ਫਿਲਮਾਂ ਸੀ ਮੇਰੀਆਂ ਕਰਦਾ ਹੋਊਗਾ ਕਿਸੇ ਨਾ ਕਿਸੇ ਦੇ ਵਿੱਚ ਸੋ ਇਹਨਾਂ ਤੋਂ ਪੁੱਛੋ ਪਹਿਲਾਂ ਆਈ ਨੋ ਯੂ ਫੀਲਿੰਗ ਰਾਈਟ ਨਾਓ ਕੋਈ ਗੱਲ ਨਹੀਂ ਬਟ ਗਰਮੀ ਤਾਂ ਸੀ ਬਟ ਜੇ ਮਤਲਬ ਮੈਂਟਲੀ ਮੈਂ ਬਰਦਾਸ਼ਤ ਕਰ ਲੈਂਦੀ ਹਾਂ ਅੰਬਰ ਜੀ ਨੂੰ ਪੁੱਛੋ ਜੇਕਰ ਇੰਟਰਵਿਊ ਉਹਨਾਂ ਤੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ ਸੋ ਮਤਲਬ ਗਰਮ ਹੋ ਜਾਂਦੇ ਸੀਗੇ ਬਹੁਤ ਹੀ ਔਖੇ ਮੈਂ ਸੀਗਾ ਮੈਂ ਨਹੀਂ ਕਰ ਸਕਦਾ ਆਪਾਂ ਬ੍ਰੇਕ ਲੈ ਲੈਂਦੇ ਸੀ ਇਨ ਦੀ ਆਫਟਰਨੂਨ ਯੂ ਨੋ ਸੋ ਬਲੈਸਡ ਸੀਗੇ ਫਿਰ ਵੀ ਇਨਡੋਰ ਸੀਗਾ ਸਾਰਾ ਹਨਾ ਕਿ ਇੱਕ ਲੱਕੀਲੀ ਇਦਾਂ ਸੀਗਾ ਕੰਮ ਵੀ ਕੁਛ ਕੁ ਦਿਨ ਸੀਗੇ ਜਿਹੜਾ ਮਤਲਬ ਘਰੋਂ ਬਾਹਰ ਹੋ ਗਿਆ ਹੋਊਗਾ ਜਦੋਂ ਮੈਂ ਗਿਆ ਮੇਰਾ ਤਾਂ ਮੋਸਟਲੀ ਹੋਈ ਹਵੇਲੀਆਂ ਜਾਂ ਚੀਜ਼ ਸੀਗਾ ਮਤਲਬ ਇੱਕ ਅੱਧਾ ਦਿਨ ਬਾਹਰ ਹੋਊਗਾ ਅਤੇ ਇਹਨਾਂ ਦਾ ਵੀ ਹਾਰਡਲੀ ਮੇਰੇ ਨਾਲ ਕੋਈ ਹਫ਼ਤੇ ਦਾ ਜਾਂ 10 ਦਿਨ ਦਾ ਬਾਹਰ ਹੋਊਗਾ ਬਾਕੀ ਮੋਸਟਲੀ ਸਾਰਾ ਇਨਡੋਰ ਜੇ ਸੀ ਜਿੱਥੇ ਰਹਿੰਦੇ ਸੀ ਉੱਥੇ ਸ਼ੂਟ ਕਰਦੇ ਪਰ ਕੀ ਹੋਇਆ ਮੇਰੇ ਨਾਲ ਤੇ ਅੰਬਰ ਜੀ ਨਾਲ ਮੇਰੇ ਬੁੱਲ ਤੇ ਕੁਝ ਹੋ ਗਿਆ ਸੀ ਉਹਨਾਂ ਦੇ ਬੁੱਲ ਤੇ ਕੁਝ ਮੇਰੀ ਅੱਖ ਤੇ ਉਹ ਫੈਂਸੀ ਜੀ ਆ ਗਈ ਸੀ ਉਹਨਾਂ ਤੇ ਇਟ ਵਾਸ ਲਾਈਕ ਸਮ ਰਿਐਕਸ਼ਨ ਟੂ ਰਾਜਸਥਾਨ ਪਰ ਮੇ ਬੀ ਸ਼ਾਇਦ ਕਿਦਾਂ ਕੋਈ ਮਿੱਟੀ ਮੁੱਟੀ ਕਰਕੇ ਹੋ ਗਿਆ ਹੋ ਜਾਂਦਾ ਕਿਸੇ ਚੀਜ਼ ਕਰਕੇ ਤੇ ਇਸ ਦਾ ਇੱਕ ਐਕਸਪੀਰੀਅੰਸ ਮੈਂ ਸ਼ੂਟਿੰਗ ਦਾ ਜਿਹੜਾ ਸੁਣਿਆ ਆ ਉਹ ਇਹ ਸੀਗਾ ਕਿ ਵੈਨਿਟੀ ਵਾਲਾ ਮਾਹੌਲ ਨਹੀਂ ਹੈ ਜਿਸ ਹਵੇਲੀ ਵੈਨਿਟੀ ਉੱਥੇ ਹੀ ਰਹਿਣਾ ਆ ਹੈ ਨਾ ਉੱਥੇ ਹੈ ਇਹ ਬਹੁਤ ਘੱਟ ਸੈਟਸ 'ਤੇ ਹੁੰਦਾ ਹੈ ਨਾ ਕਿ ਜਿਹਦੇ ਜਿੱਥੇ ਐਡਾ ਵੱਡਾ ਸਟਰਕਚਰ ਹੋਵੇ ਉਹ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਲਾਈਕ ਘਰ ਵਾਲੀ ਫੀਲ ਹੁੰਦੀ ਹੈ ਜਿੰਨੇ ਦਿਨ ਤੁਸੀਂ ਉੱਥੇ ਰਹਿ ਰਹੇ ਹੁੰਦੇ ਹੈ ਨਾ ਬਸ ਨਿਕਲ ਕੇ ਸ਼ੋਟ ਦਿੱਤਾ ਫਿਰ ਆ ਕੇ ਬਹਿ ਗਏ ਹੈ ਨਾ ਉੱਥੇ ਕੰਫਰਟੇਬਲ ਬਹੁਤ ਸੀ ਮਤਲਬ ਮੇਰੇ ਲਈ ਤਾਂ ਕੰਫਰਟੇਬਲ ਬਹੁਤ ਸੀ ਬਿਕੋਜ਼ ਯੂ ਹੈਵ ਯੂਅਰ ਰੂਮ ਅ ਪ੍ਰੋਪਰ ਰੂਮ ਤੇ ਜਦੋਂ ਸ਼ਾਟ ਨਹੀਂ ਹੁੰਦਾ ਸੀ ਯੂ ਕੈਨ ਕਮ ਰਿਲੈਕਸ ਔਨ ਜੋ ਐਵਰੀ ਯੂ نو ਇਟ ਵਾਸ ਵੈਰੀ ਕੰਫਰਟੇਬਲ ਆਲਰਾਈਟ ਤੇ ਐਮੀ ਵੀਰੇ ਤੁਹਾਡਾ ਕਿਹਾ ਸੀਗਾ ਸ਼ੂਟ ਪੂਰਾ ਕੰਫਰਟੇਬਲ ਪੂਰਾ ਆਰਾਮ ਨਾਲ ਅੰਬਰ ਭਾਈ ਦੇ ਸ਼ੂਟ ਤੇ ਇਦਾਂ ਹੁੰਦਾ ਵੀ 10 11 12 1 ਵਜ ਸਕਦਾ ਸ਼ੂਟ ਸ਼ੁਰੂ ਹੁੰਦੇ ਹੁੰਦੇ ਤੇ ਆਨੰਦ ਨਾਲ ਸੌਵੋ ਉੱਠੋ ਆਰਾਮ ਨਾਲ ਤੇ ਕੋਈ ਇਸ਼ੂ ਨਹੀਂ ਹੁੰਦਾ ਸੋ ਇਹ ਜੱਗੀ ਨਾਲ ਮੇਰੀ ਭਾਈ ਚਾਹੀਦਾ ਹੁੰਦਾ ਕਿ ਮੈਨੂੰ ਕੋਈ ਸਿਰੇ ਨਾ ਡਾਵੇ ਮੈਨੂੰ ਬਹੁਤ ਆਨੰਦ ਹੁੰਦਾ ਇਹਦੇ ਅੰਬਰ ਭਾਈ ਦੇ ਸੈੱਟ ਤੇ ਸਿਮਰ ਭਾਈ ਦੇ ਸੈੱਟ ਤੇ ਉਹਨਾਂ ਨੂੰ ਵੀ ਆਰਾਮ ਨਾਲ ਚਾਹੀਦਾ ਜੱਗੀ ਦੀ ਪ੍ਰੋਬਲਮ ਹੈ ਸਾਜਰੇ ਉੱਠ ਕੇ ਜਾਉਣ ਦੀ ਉਹ ਪਤਾ ਨਹੀਂ ਕਿਉਂ ਉੱਠ ਖੜਦਾ ਸਵੇਰੇ ਬਿਨਾ ਮਤਲਬ ਤੇ ਇੱਕ ਉਹਦੀ ਦਿੱਕਤ ਆ ਬਾਕੀ ਬਾਕੀ ਸਾਰਿਆਂ ਦੇ ਮੈਂ ਆਰਾਮ ਜੇ ਨਾਲ ਜਾਂਦਾ ਪਰ ਰਕੇਸ਼ ਭਾਈ ਦੇ ਵੀ ਕੋਈ ਦਿੱਕਤ ਨਹੀਂ ਆਨੰਦ ਨਾਲ ਜਸ ਭਾਈ ਨਾਲ ਵੀ ਆਨੰਦ ਜੇ ਨਾਲ ਸੋ ਉਹਨਾਂ ਨਾਲ ਹੌਲੀ ਹੌਲੀ ਜੇ ਜਾਈਦਾ ਆਰਾਮ ਜੇ ਨਾਲ ਤੇ ਤੁਸੀਂ ਨਾ ਦੋਹਾਂ ਨੇ ਸਿਨੇਮਾ ਆਪਣੇ ਆਪਣੇ ਏਰੀਆ ਦੇ ਵਿੱਚ ਬਹੁਤ ਗਰੋ ਕੀਤਾ ਤੇ ਮੈਂ ਜਾਣਨਾ ਚਾਹੂੰਗਾ ਕਿਹੜੀ ਐਸੀ ਚੀਜ਼ ਸੀ ਜਦ ਤੁਸੀਂ ਸ਼ੁਰੂਆਤ ਕੀਤੀ ਸੀ ਜਿਸ ਨੂੰ ਲੈ ਕੇ ਤੁਸੀਂ ਹੈਜ਼ੀਟੈਂਟ ਸੀਗੇ ਲੇਕਿਨ ਹੁਣ ਉਹ ਤੁਸੀਂ ਬਹੁਤ ਖੁੱਲ੍ਹ ਕੇ ਕਰਦੇ ਹੋ ਦੋਹਾਂ ਲਈ ਇਹ ਸਵਾਲ ਹੈ ਮੈਨੂੰ ਥੋੜ੍ਹਾ ਜਿਹਾ ਜਿਵੇਂ ਰੋਮੈਂਸ ਜੇ ਵਾਲੇ ਹੱਥ 'ਚ ਫੜਦੇ ਉਹ ਮੈਨੂੰ ਸਟਾਰਟਿੰਗ 'ਚ ਉੱਪਰੇ ਲੱਗਦੇ ਹੁੰਦੇ ਸੀਗੇ ਉੱਪਰੇ ਨੰਬਰ ਸੰਘ ਜੀ ਆਉਂਦੀ ਹੁੰਦੀ ਸੀ ਅਤੇ ਹੁਣ ਮਤਲਬ ਇੱਦਾਂ ਆ ਵੀ ਹੁਣ ਇੱਦਾਂ ਨਹੀਂ ਗਾ ਵੀ ਮੈਂ ਜਾਣੇ ਖਾਣੇ ਦਾ ਫੜ ਸਕਦਾ ਵੀ ਹੁਣ ਵੀ ਮੇਰੀ ਦੋਸਤੀ ਜੀ ਪੈ ਗਈ ਸਾਰਿਆਂ ਨਾਲ
ਅਜੇ ਵੀ ਕੋਈ ਨਵਾਂ ਹੋਊਗਾ ਤੇ ਉਹਦੇ ਲਈ ਮੈਨੂੰ ਮਤਲਬ ਜਿਵੇਂ ਬੰਬੇ ਜਾਣਾ ਉੱਥੇ ਮੈਨੂੰ ਥੋੜੀ ਦਿੱਕਤ ਅਜੇ ਵੀ ਆਉਂਦੀ ਹੈ ਬਟ ਇੱਥੇ ਕਿਉਂਕਿ ਯਾਰ ਦੋਸਤ ਬਣ ਕੇ ਸਾਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਤੇ ਨੀਰੂ ਤੁਹਾਡੇ ਲਈ ਮੈਨੂੰ ਐਕਟਿੰਗ ਵਾਈਜ਼ ਨਹੀਂ ਬਟ ਜਿਵੇਂ ਹੁਣ ਅਸੀਂ ਲਾਈਕ ਸੋਸ਼ਲ ਮੀਡੀਆ ਤੇ ਇੱਕ ਪਰਸੋਨਾ ਹੁੰਦਾ ਸੋ ਆਈ ਥਿੰਕ ਜੋ ਮੈਂ ਰੀਲ ਨੀਰੂ ਬਾਜਵਾ ਆਈ ਕੈਪਟ ਹਰ ਬੈਕ ਤੇ ਮੈਂ ਕੋਸ਼ਿਸ਼ ਕਰੀ ਸੀ ਮੈਂ ਡਿਪਲੋਮੈਟਿਕ ਬਣਾ ਜੀ ਐਂਡ ਆਲ ਦੈਟ ਤੇ ਫਿਰ ਮੈਨੂੰ ਦਿਲਜੀਤ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਕੀ ਕਰ ਰਹੇ ਹੋ ਤੁਸੀਂ ਮਤਲਬ ਬੀ ਦ ਰੀਅਲ ਯੂ ਸੋ ਉਸ ਤੋਂ ਬਾਅਦ ਵਨ ਆਈ ਜਸਟ ਰੀਅਲਾਈਜ਼ਡ ਹੂ ਆਈ ਐਮ ਉਸ ਤੋਂ ਬਾਅਦ ਆਈ ਐਮ ਇੰਜੋਇੰਗ ਮਾਈ ਵਰਕ ਮਚ ਕੀ ਬਾਤ ਹੈ ਯਾਨੀ ਕਿ ਆ ਚੀਜ਼ ਜਿਹੜੀ ਹੈਗੀ ਹੈ ਨਾਰਮਲੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਬਦਲੀ ਹੈ ਨਾ ਬਟ ਸਮਵੇਅਰ ਸਮਹਾਉ ਨਾ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਹੁਣ ਸਿਨੇਮਾ ਅੱਗੇ ਵੱਧ ਰਿਹਾ ਲੋਕ ਨਾ ਬੜੀਆਂ ਐਕਸਪੈਕਟੇਸ਼ਨ ਸਾਡੇ ਸਾਰੇ ਏ ਲਿਸਟਰਸ ਤੋਂ ਰੱਖਦੇ ਨੇ ਲਾਈਕ ਇੱਕ ਇੱਕ ਕੋਂਸਟੈਂਟ ਬੈਗੇਜ ਹੈਗਾ ਕਿਉਂਕਿ ਜਦ ਨਾ ਸਿਨੇਮਾ ਖੁੱਲਿਆ ਜਿਵੇਂ ਆਪਾਂ ਹਾਸੇ 'ਚ ਵੀ ਗੱਲ ਕਰ ਰਹੇ ਸੀ ਸਾਰਿਆਂ ਦੀ ਬਹੁਤ ਸਾਰੀਆਂ ਫਿਲਮਾਂ ਸੀਗੀਆਂ ਬੈਕ ਟੂ ਬੈਕ ਆਈਆਂ ਹੈ ਨਾ ਇਹ ਕੋਂਸਟੈਂਟ ਬੈਗੇਜ ਤੁਸੀਂ ਕੈਰੀ ਕਰਦੇ ਹੋ ਬੀਂਗ ਏ ਲਿਸਟਰ ਦੋਹੇ ਜਾਣੇ ਕਿ ਯਾਰ ਫਿਲਮ ਆ ਰਹੀ ਹੈ ਲੋਕਾਂ ਦੀ ਐਕਸਪੈਕਟੇਸ਼ਨ ਵੀ ਹੈ ਪ੍ਰੋਡਿਊਸਰ ਦੀ ਐਕਸਪੈਕਟੇਸ਼ਨ ਵੀ ਹੈ ਅਤੇ ਇਹਦਾ ਕ੍ਰੀਏਟੀਵਿਟੀ 'ਤੇ ਕਿੰਨਾ ਕੁ ਇਫੈਕਟ ਪੈਂਦਾ ਆ ਕੰਮ ਕੁੰਮ ਤੋਂ ਤਾਂ ਭਾਜੀ ਕਾਹਦਾ ਪੈਣਾ ਕ੍ਰੀਏਟੀਵਿਟੀ 'ਤੇ ਨਹੀਂ ਪੈਂਦਾ ਫਰਕ ਬਟ ਹੁਣ ਬੈਗੇਜ ਕਿੰਨਾ ਕੁ ਫੀਲ ਕਰਦੇ ਹੋ ਕਿਉਂਕਿ ਐਕਸਪੈਕਟੇਸ਼ਨ ਸਾਰਿਆਂ ਦੀ ਹੁੰਦੀਆਂ ਨੇ ਆਡੀਅੰਸ ਦੀ ਅਲੱਗ ਹੈ ਪ੍ਰੋਡਿਊਸਰ ਦੀ ਅਲੱਗ ਹੈ ਤੁਹਾਡੀ ਆਪਣੇ ਆਪ ਤੋਂ ਐਕਸਪੈਕਟੇਸ਼ਨ ਅਲੱਗ ਹੁੰਦੀਆਂ ਨੇ ਪਰ ਇਹ ਵੀ ਮਸਲਾ ਹੈ ਤੁਹਾਡੀ ਜਿਹੜੀ ਗੱਲ ਬਿਲਕੁਲ ਸਹੀ ਹੈ ਹੁਣ ਪ੍ਰੋਡਿਊਸਰ ਨੂੰ ਲੱਗਦਾ ਹੁੰਦਾ ਵੀ ਜੇ ਆਊਟ ਐਂਡ ਆਊਟ ਕਮਰਸ਼ੀਅਲ ਹੋਵੇ ਉਹ ਚੀਜ਼ ਕਰ ਲਈ ਨਾ ਸਾਨੂੰ ਹੁੰਦਾ ਕੁਛ ਨਾ ਕੁਛ ਵੱਖਰਾ ਕਰ ਲਈ ਆਡੀਅੰਸ ਨੂੰ ਵੀ ਇੱਦਾਂ ਹੈ ਵੀ ਕੁਛ ਨਾ ਕੁਛ ਵੱਖਰਾ ਪਰ ਮੈਂ ਤਾਂ ਮਾਲਕ ਦੀ ਮਿਹਨਤ ਕਰਦਾ ਰਹਿੰਦਾ ਟਰਾਈ ਜੀ ਮੇਰੇ ਤੋਂ ਇਹ ਕੰਪਲੇਂਟ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ ਮੈਂ ਸੇਮ ਕਰਦਾ ਹੁਣ ਮੈਂ ਚਲੋ ਸ਼ੇਰ ਬੱਗਾ ਲੈਦਾ ਸੀਗਾ ਨਾ ਜਦੋਂ ਕਿਸਮਤ ਬਿਲਕੁਲ ਹੀ ਲੈਦਾ ਆਈ ਸੀ ਪਹਿਲੀ ਆਹ ਵੀ ਆਊਟ ਐਂਡ ਆਊਟ ਕੋਈ ਸਿੱਧਾ ਮੈਂ ਕਮਰਸ਼ੀਅਲ ਨਹੀਂ ਕਹਿ ਸਕਦਾ ਬਾਜਰੇ ਦਾ ਸਿੱਟਾ ਸਾਡੀ ਮਤਲਬ ਵਧੀਆ ਟਰਾਈ ਸੀਗੀ ਪੁਆੜਾ ਵੀ ਕਹਿ ਦੀ ਉਹ ਅਲੱਗ ਤਰੀਕੇ ਦਾ ਸਿਨੇਮਾ ਸੀਗਾ ਹਰਜੀਤਾ ਵੀ ਅੱਡ ਸੀ ਹਾਂ ਮਤਲਬ ਹੁਣ ਅੱਗੇ ਵੀ ਜਿਹੜਾ ਆਉਣ ਵਾਲਾ ਸਾਨੂੰ ਅਸੀਂ ਟਰਾਈ ਕਰਦੇ ਰਹਿੰਦੇ ਵੀ ਕੁਛ ਨਾ ਕੁਛ ਵੱਖਰਾ ਕਰੀਏ ਵੀ ਸਾਲ ਦੇ ਵਿੱਚ ਇੱਕ ਦੋ ਤਾਂ ਘੱਟੋ ਘੱਟ ਲੈਦਾ ਇੱਕ ਅੱਧੀ ਮੈਂ ਸੇਫ ਖੇਡ ਲੈਂਦਾ ਹੁੰਦਾ ਵੀ ਜਿਹਦੇ 5-7-10 ਬੰਦੇ ਹੋਣ ਵੀ ਉਹਦੇ 'ਚ ਮੇਰੇ ਦੇ ਮੋਢਿਆਂ 'ਤੇ ਭਾਰ ਨਾ ਹੋਵੇ ਇਕੱਲੇ 'ਤੇ ਵੀ ਇੱਕ ਅੱਧੀ ਸਾਲ 'ਚ ਆ ਜਾਵੇ ਜਿਹੜੀ ਸ਼ੋਰ ਸ਼ੋਟ ਦੀ ਹੋ ਜਾਵੇ ਬਾਕੀਆਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਸੋ ਮੈਨੂੰ ਪ੍ਰੋਡਿਊਸਰਸ ਦਾ ਵੀ ਹੁੰਦਾ ਵੀ ਇੰਨਾ ਵੀ ਪੈਸਾ ਨਾ ਲਵਾ ਦੀਏ ਵੀ ਉਹਨਾਂ ਦੀ ਰਿਕਵਰੀ ਨਾ ਹੋਵੇ ਅਤੇ ਇੱਦਾਂ ਵੀ ਰਾਈਟਸ ਰੂਟਸ ਜਿੰਨਾ ਰਲਾ ਮਿਲਾ ਕੇ 1-2 ਕਰੋੜ ਆ ਜਾਵੇ ਉੱਧਰੋਂ ਉੱਧਰੋਂ ਪੂਰੇ ਪਰੇ ਜੇ ਹੋ ਜਾਣੇ ਇਹਨਾਂ ਦੇ ਪਾਸ ਅਤੇ ਨੀਰੂ ਤੁਹਾਨੂੰ ਕਿੰਨਾ ਕੁ ਫੀਲ ਹੁੰਦਾ ਇਹ ਬੈਗੇਜ ਨਹੀਂ ਮੈਨੂੰ ਤਾਂ ਆਈ ਹੈ ਕਿ ਆਈ ਨੋ ਆਈ ਐਮ ਰੀਲੀ ਲੱਕੀ ਕਿ ਮੈਂ ਇੰਨੀ ਫਿਲਮਾਂ ਕਰ ਰਹੀ ਹਾਂ ਆਈ ਐਮ ਨੋਟ ਗੋਨਾ ਥਿੰਕ ਮੈਂ ਪਹਿਲਾਂ ਸੋਚ ਰਹੀ ਸੀ ਕਿ ਹਾਏ ਸੰਤੋਸ਼ ਜੀ ਮਤਲਬ ਮੈਨੂੰ ਸ਼ਰਮ ਆ ਰਹੀ ਹੈ ਰੋਜ਼ ਪੇਜ 'ਤੇ ਮੈਂ ਕੁਝ ਨਾ ਕੁਝ ਪਾ ਰਹੀ ਹਾਂ ਬਟ ਯੂ ਨੋ ਵਾਟ ਆਈ ਐਮ ਲਾਈਕ ਆਈ ਐਮ ਐਮਬਰੇਸਿੰਗ ਇਟ ਆਈ ਐਮ ਸੋ ਲੱਕੀ ਕਿ ਮੈਨੂੰ ਇਹ ਅਲੱਗ ਅਲੱਗ ਫਿਲਮਾਂ ਮਿਲ ਰਹੀਆਂ ਕੈਰੈਕਟਰਸ ਮਿਲ ਰਿਹਾ ਸੋ ਆਈ ਐਮ ਇੰਜੋਇੰਗ ਇਟ ਮਤਲਬ ਆਰਟਿਸਟ ਕਿੰਨੇ ਲੱਕੀ ਹੁੰਦੇ ਹਨ ਆਪਾਂ ਤੁਸੀਂ ਮਤਲਬ ਕਿੰਨੀ ਮੈਂ ਆਪਦੀ ਗੱਲ ਕਰਾਂ ਮੈਂ 22-23 ਫਿਲਮਾਂ 24 ਹੋ ਗਿਆ ਹੋਣਗੀਆਂ ਰਾਈਟ ਅਤੇ ਉਹ ਇੱਕ ਤਾਂ ਆਹ 22-23 ਇਹ ਜ਼ਿੰਦਗੀਆਂ ਇੱਕ ਆਪਣੀ ਰੀਅਲ ਜ਼ਿੰਦਗੀ ਤੁਹਾਡੀ ਹੈ ਨਾ 25-ਵੀਂ ਮੇਰੀ ਆਪਦੀ ਹੋਊਗੀ ਅਤੇ ਹਰੇਕ ਫਿਲਮ 'ਚ ਤੁਹਾਡੇ ਮਾਂ ਪਿਓ ਵੱਖਰੇ ਤੁਹਾਡੇ ਯਾਰ ਦੋਸਤ ਵੱਖਰੇ ਤੁਹਾਡਾ ਲਾਈਫ ਪਾਰਟਨਰ ਵੱਖਰਾ ਮਤਲਬ ਆਰਟਿਸਟ ਬਲੈਸਡ ਹੁੰਦਾ ਇੰਨੀਆਂ ਜ਼ਿੰਦਗੀਆਂ ਜਿਉਂਦਾ ਹੈ ਨਾ ਰੋਜ਼ 40-45-50 ਦਿਨ ਲਈ ਤਾਂ ਆਪਾਂ ਜਿਉਂਦੇ ਰਹਿੰਦੇ ਹਾਂ ਜਦ ਤੱਕ ਫਿਲਮ ਰਿਲੀਜ਼ ਹੁੰਦੀ ਉਦੋਂ ਤੱਕ ਆਪਾਂ ਉਹ ਚੀਜ਼ ਨੂੰ ਫੀਲ ਕਰਦੇ ਰਹੇ ਐਗਜੈਕਟਲੀ ਅਤੇ ਮੈਂ ਨਾ ਇਸ ਪੋਸਟਰ ਦੀ ਗੱਲ ਕਰਨਾ ਚਾਹੂੰਗਾ ਕਿ ਨਾ ਇੱਕ ਲੁੱਕ ਤਿੰਨਾਂ ਦੀ ਲੁੱਕ ਬਹੁਤ ਵੱਖਰੀ ਹੈ ਅਤੇ ਮੈਂ ਜਿਸ ਟਾਈਮ ਇਹ ਦੇਖਿਆ ਤੁਸੀਂ ਵੀ ਇੱਕਦਮ ਲਾਈਕ ਅਲੱਗ ਜਿਹੀ ਲੁੱਕ ਕੈਰੀ ਕਰ ਰਿਹਾ ਮੈਂ ਵੀਰੇ ਅਤੇ ਮੈਂ ਨੀਰੂ ਤੋਂ ਕਿਹਾ ਸੀ ਕਿ ਡਿਜ਼ਨੀ ਪ੍ਰਿੰਸੈਸ ਨਹੀਂ ਹੁੰਦੀਆਂ ਆਪਾਂ ਵੇਖਦੇ ਹਾਂ ਜਿਹੜੀਆਂ ਹੈ ਨਾ ਮੋਸਟਲੀ ਬਚਪਨ 'ਚ ਸਾਡੇ ਬੈਗਸ 'ਤੇ ਛਪੀਆਂ ਹੁੰਦੀਆਂ ਸੀਗੀਆਂ ਜਾਂ ਫਿਰ ਉਹ ਜਿਹੀ ਇੱਕ ਲੁੱਕ ਜਿਹੜੀ ਹੈਗੀ ਆ ਇਹ ਇਹ ਥੋਟਫੁੱਲ ਸੀਗਾ ਇਹ ਪੋਸਟਰ ਕੀ ਸੀਗਾ ਇਹ ਜਾਂ ਫਿਰ ਫਿਲਮ ਦੇ ਦੌਰਾਨ ਕੱਢਿਆ ਹੋਇਆ ਫਿਲਮ ਦਾ ਹਾਂਜੀ ਫਿਲਮ ਦਾ ਡ੍ਰੀਮ ਸੀਕੁਐਂਸ ਹੈ ਓ ਇਹ ਕਿਹਦੇ ਸੁਪਨੇ ਚੱਲ ਰਹੇ ਇਹ ਫਿਲਮ ਦੀ ਕਿਤਾਬ ਹੈ ਅਤੇ ਫਿਲਮ ਦੇ ਵਿੱਚ ਇੱਕ ਕਿਤਾਬ ਹੈ ਜਿਹਨੂੰ ਇਹ ਵੀ ਬਹੁਤ ਪਿਆਰ ਕਰਦੇ ਆ ਅਤੇ ਅੰਬਰ ਜੀ ਵੀ ਬਹੁਤ ਪਿਆਰ ਕਰਦੇ ਅੱਛਾ ਅਤੇ ਉਸ ਕਿਤਾਬ ਦੇ ਕਿਰਦਾਰ ਇਹ ਉਸ ਕਿਤਾਬ ਦੇ ਕਿਰਦਾਰ ਨੇ ਕਿਆ ਬਾਤ ਹੈ ਦੋਵੇਂ ਵੈਸੇ ਕਿਤਾਬਾਂ ਕਿੰਨੀਆਂ ਕੁ ਪੜ੍ਹ ਲੈਂਦੇ ਹੋ ਕਦੀ ਮੈਂ ਪਰਸੋਂ ਚੌਥੇ ਨਾ ਇੱਕ ਸਟ੍ਰੇਂਜਰਸ ਕਰਕੇ ਇੱਕ ਬੁੱਕ ਸੀਗੀ ਸਟ੍ਰੇਂਜਰਸ ਮੈਂ ਫਲਾਈਟ ਸੀਗਾ ਇਹ ਉੱਥੋਂ ਲਈ ਸੀਗੀ ਮੈਂ ਦਿੱਲੀ ਤੋਂ ਲਈ ਸੀ ਅਤੇ ਟੋਰੋਂਟੋ ਗਿਆ ਸੀ ਕਿਸੇ ਕੰਮ ਲਈ ਅਤੇ ਵਾਪਸ ਆਉਂਦਾ ਹੁੰਦਾ ਉਹ ਏਅਰ ਇੰਡੀਆ ਦੇ ਪਲੇਨ 'ਚ ਹੀ ਰਹਿ ਗਈ ਮੇਰੀ ਬੁੱਕ ਅੱਛਾ ਪਹਿਲੀ ਪਤਾ ਨਹੀਂ ਦੂਜੀ ਕਿਤਾਬ ਲਈ ਸੀ ਮੈਂ ਲਾਈਫ ਦੀ ਅਤੇ ਮੈਂ ਮਤਲਬ ਪਿਆਰ ਘੱਟਦਾ ਪਿਆਰ ਘੱਟ ਕਰਦਾ ਹੋਊਗਾ ਮੈਂ ਆਈਪੈਡ ਆਪਣਾ ਫੋਨ ਉਹ ਸਾਰਾ ਕੁਝ ਚੱਕਿਆ ਕਿਤਾਬ ਰਹਿ ਗਈ ਮਤਲਬ ਮੈਨੂੰ ਲੱਗਿਆ ਹੋਊਗਾ ਵੀ ਮੇਰੀ ਨਹੀਂ ਹੋਣੀ ਮਤਲਬ ਮੈਂ ਘੱਟ ਪਿਆਰ ਕਰਦਾ ਕਿਤਾਬਾਂ ਨੂੰ ਦੈਟਸ ਘੱਟ ਪੜ੍ਹਨੀਆਂ ਚਾਹੀਦੀਆਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਅਸੀਂ 2000 ਬੰਦੇ ਹੋਰ ਵੀ ਇੰਡਸਟਰੀ ਦੇ ਹੈਗੇ ਪੜ੍ਹਨ ਦੀ ਗੱਲ ਕਰੋ ਤਾਂ ਸਕ੍ਰਿਪਟ ਇੰਨੀਆਂ ਬੰਦਾ ਪੜ੍ਹ ਲੈਂਦਾ ਨਹੀਂ ਮੈਂ ਕਿਤਾਬਾਂ ਪੜ੍ਹਨ ਦਾ ਟਾਈਮ ਹੀ ਨਹੀਂ ਹੈ ਕਿੱਥੋਂ ਮਿਲਦੀ ਕੌਣ ਦਿੰਦਾ ਲਿਖਣ ਨੂੰ ਹੀ ਕਰੀ ਜਾਂਦਾ ਕੌਣ ਲਿਖ ਕੇ ਦਿੰਦਾ ਪੰਜਾਬ 'ਚ ਸਕ੍ਰਿਪਟ You are saying that. Is it true? ਔਰ ਇੱਕ ਦਿਨ ਛੱਡ ਕੇ ਕੋਈ ਨਹੀਂ ਲੈਂਦਾ ਤੈਨੂੰ ਕਦੀ ਤੁਹਾਨੂੰ ਰੀਡਿੰਗਸ ਨਹੀਂ ਦਿੰਦੇ ਜੀ ਹਾਂ ਤੁਸੀਂ ਜਗਦੀਪ ਦੀ ਚੱਲ ਜਗਦੀਪ ਕਹਿੰਦੇ ਵੀ ਲਿਖ ਲੈਂਦਾ ਚੱਲ ਜਗਦੀਪ ਲਿਖ ਲੈਂਦਾ ਉਹ ਤੋਂ ਮੈਂ ਵੈਸੇ ਨਹੀਂ ਸੁਣਦਾ ਹਾਂ ਉਹ ਤੋਂ ਮੈਂ ਵੈਸੇ ਨਹੀਂ ਪੜ੍ਹਦਾ ਬਟ ਫਿਰ ਵੀ ਕਹਿੰਦੇ ਨਰੇਸ਼ਨ ਤੁਹਾਨੂੰ ਕਦੇ ਨਾ ਦੇਣ ਦੇ ਆ ਸਾਰੇ ਤੁਹਾਨੂੰ ਨਰੇਸ਼ਨ
ਸਕ੍ਰਿਪਟਾਂ ਹੁੰਦੀਆਂ ਲਿਖੀਆਂ ਸਾਰੀਆਂ ਮਤਲਬ ਉਹ ਮਤਲਬ ਮੈਂ ਪੜ੍ਹਦਾ ਨਹੀਂ ਜਗਦੀਪ ਵਾਲੀਆਂ ਵੈਸੇ ਜਿਹੜੀ ਮੈਂ ਪੜ੍ਹੀ ਆ ਜਿਹਨੂੰ ਐਕਚੁਅਲੀ ਕਹਿ ਦਈਏ ਵੀ ਪੜ੍ਹੀ ਆ ਮੈਂ ਬੰਬੂਗੜ੍ਹ ਦੇ ਸੈੱਟ 'ਤੇ ਸੀਗਾ ਮੈਂ ਨਿੱਕਾ ਜਲਦਾਰ 1 ਪੜ੍ਹੀ ਸੀ ਤਾਂ ਪੜ੍ਹ ਕੇ ਮੈਂ ਬਹੁਤ ਖੁਸ਼ ਹੋਇਆ ਸੀ ਅਤੇ ਮੈਨੂੰ ਉਹਦੀ ਪਤਾ ਸੀ ਮੈਂ ਕਿਹਾ ਫਿਲਮ ਚੱਲੂਗੀ ਚੱਲੂਗੀ ਮੈਂ ਭਾਵੇਂ ਚੱਲਣਾ ਨਾ ਚੱਲਾਂ ਇਹ ਫਿਲਮ ਚੱਲਣੀ ਚੱਲਣੀ ਹੈ ਬਿਲਕੁਲ ਅਤੇ ਨਿਰੂ ਤੁਹਾਡੀ ਪੜ੍ਹਾਈ ਵਾਲਾ ਕੀ ਸੀ ਨਾ ਕਿਤਾਬਾਂ ਪੜ੍ਹਦੇ ਹੋ ਸਕੂਲ 'ਚ ਨਹੀਂ ਪੜ੍ਹੀ ਬਿਲਕੁਲ ਵੀ ਆਈ ਮਤਲਬ ਹੇਟਡ ਸਕੂਲ ਬਟ ਆਈ ਲਾਈਕ ਟੂ ਰੀਡ ਮਤਲਬ ਮੈਂ ਪੜ੍ਹਦੀ ਹਾਂ ਬੁੱਕਸ ਹਾਂ ਅਤੇ ਤੁਹਾਡੇ ਸੁਪਨਿਆਂ ਦੀ ਮੈਂ ਗੱਲ ਕਰਾਂ ਲਾਈਕ ਬਚਪਨ ਦੇ ਵਿੱਚ ਸੁਪਨੇ ਕਿਹੋ ਜਿਹੇ ਹੁੰਦੇ ਸੀਗੇ ਲਾਈਕ ਹੁਣ ਤੁਸੀਂ ਇੱਕ ਲੈਵਲ 'ਤੇ ਪਹੁੰਚੇ ਹੋ ਬਹੁਤ ਲੋਕਾਂ ਦਾ ਉੱਥੇ ਪਹੁੰਚਣਾ ਸੁਪਨਾ ਤੁਹਾਡੀ ਫਿਲਮ ਦੇ ਵਿੱਚ ਬਹੁਤ ਲਾਈਕ ਡ੍ਰੀਮਸ ਦੀ ਗੱਲ ਹੋ ਰਹੀ ਹੈ ਨਾ ਤਾਂ ਉਹ ਚੀਜ਼ ਮੈਂ ਚੱਲਣਾ ਚਾਹੁੰਦਾ ਕਿਹੜਾ ਕਿਹੜਾ ਜਿਹੜਾ ਸੁਪਨਾ ਸੀਗਾ ਸੱਚ ਹੋ ਗਿਆ ਕੀ ਸੁਪਨੇ ਦੇਖੇ ਸੀ ਹੋਈ ਜਾਂਦੇ ਆ ਮੇਰੇ ਤਾਂ ਮੈਂ ਸੌਂ ਲੱਗਿਆ ਇੰਨਾ ਆਹ ਥੋੜ੍ਹੀ ਸੋਚਿਆ ਸੀ ਕੁਝ ਹੋਈ ਜਾਂਦਾ ਇੱਦਾਂ ਨਹੀਂ ਸੋਚਿਆ ਕੁਛ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਇੱਦਾਂ ਹੁੰਦਾ ਸੀਗਾ ਵੀ ਆਪਦੀ ਕੰਟਰੀ ਨੂੰ ਰਿਪ੍ਰਜੈਂਟ ਕਰ ਲਾਂਗੇ ਭਾਵੇਂ ਉਹ ਕਿਸੇ ਗੇਮ 'ਚ ਕਰ ਲਈਏ ਭਾਵੇਂ ਆ ਮਤਲਬ ਆਰਮੀ ਜਾ ਕੇ ਕਰ ਲਈਏ ਹੈ ਨਾ ਡਿਫੈਂਸ ਉੱਦਾਂ ਨਹੀਂ ਮੈਂ ਕਰ ਸਕਿਆ ਸੀ ਉੱਦਾਂ ਹੁਣ ਬਾਲੀਵੁੱਡ ਦੇ ਵਿੱਚ ਗਏ ਜਦੋਂ ਉਦੋਂ ਪਹਿਲੀ ਫਿਲਮ ਕ੍ਰਿਕਟ 'ਤੇ ਕੀਤੀ ਹੈ ਨਾ 83 ਉਹਦੇ 'ਚ ਕ੍ਰਿਕਟਰ ਦਾ ਹੋ ਗਿਆ ਸੁਪਨਾ ਪੂਰਾ ਫਿਰ ਆਰਮੀ 'ਤੇ ਕੀਤੀ ਇੱਕ ਭੋਜਨ ਉਹਦੇ 'ਚ ਉਹ ਹੋ ਗਿਆ ਸੋ ਸੁਪਨੇ ਸਾਰੇ ਪੂਰੇ ਹੋਈ ਜਾਂਦੇ ਆ ਜਿੱਥੇ ਮੇਰਾ ਘਰ ਹੈ ਰਾਈਟ ਨਾ ਉੱਥੇ ਮੈਂ ਕਿਰਾਏ 'ਤੇ ਲੈਣ ਦੀ ਸੋਚਦਾ ਹੁੰਦਾ ਸੀ ਘਰ ਵੀ ਇੱਥੇ ਕਮਰਾ ਮੈਨੂੰ ਕਿਰਾਏ 'ਤੇ ਮਿਲ ਜਾਵੇ ਟੂ ਲੈਟ ਅਸੀਂ ਤਾਂ ਰਹਿੰਦੇ ਤੁਸੀਂ ਮੇਰੀ ਆਟੋ 'ਚ ਬੈਠਿਆ ਮੈਂ ਟੂ ਲੈਟ ਹੀ ਵਹਿੰਦਾ ਜਾਂਦਾ ਹੁੰਦਾ ਸੀ ਸਾਰੇ ਰਾਹ ਅਤੇ ਉੱਥੇ ਹੁਣ ਆਪਣਾ ਘਰ ਆ ਇਹਦੇ ਉੱਤੇ ਕੀ ਹੋਜੂਗਾ ਤੁਸੀਂ ਰਿਮੈਂਬਰ ਦਾ ਟਾਈਮ ਜਿਹੜਿਆ ਹੁਣ ਨਵਾਂ ਘਰ ਪਾਇਆ ਉਹਦੇ ਵਿੱਚ ਫਸਟ ਐਂਟਰੀ ਹਾਂ ਉਹ ਜ਼ਿਆਦਾ ਟਾਈਮ ਨਹੀਂ ਹੋਇਆ ਦੋ ਢਾਈ ਸਾਲ ਹੀ ਹੋਏ ਹੈਵ ਯੂ ਬੀਨ ਟੂ ਹਿਸ ਹਾਊਸ ਨਹੀਂ ਨਹੀਂ ਕਦੇ ਨਹੀਂ ਬੁਲਾਇਆ ਇਹਨਾਂ ਨੇ ਤੁਹਾਨੂੰ ਵੇਲੇ ਨਹੀਂ ਮਿਲੇ ਕੰਮ ਤੋਂ ਕਿਉਂ ਯੂ ਕਾਲ ਆਲ ਯੋਰ ਅਦਰ ਫਰੈਂਡਸ ਐਂਡ ਗੋ ਯੇ ਟੈਲ ਖੋਲੀ ਇੰਸਟਾਗ੍ਰਾਮ ਬੋਲੋ ਐਵੇਂ ਜਵਾਬ ਦਿਓ ਮੈਨੂੰ ਉਹੀ ਜ਼ਿਆਦਾ ਫਰਕ ਹੈ ਨਾ ਨਾਲ ਮਾਲਾ ਦੇ ਪਿਕਚਰਸ ਮੰਗ ਰਹੀ ਹਾਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਮੈਂ ਡਿਊਟੀ ਲਾਤੀ ਸੀ ਸਚਿਨ ਜੀ ਮੇਰੇ ਫੋਨ 'ਚ ਹੈ ਨਹੀਂ ਗਿਆ ਸੱਚੀ ਮੈਂ ਡਿਊਟੀ ਲਾਤੀ ਸੀ ਜੋ ਜੀ ਫੋਟੋ ਬ੍ਰਦਰ ਸੋ ਬੈਡ ਯਾਰ ਸੋ ਬੈਡ ਇੰਨਾ ਜਲੀਲ ਕਰਾ ਰਹੇ ਹੋ ਨਾ ਜਦੋਂ ਮਿਲਦੇ ਫੋਟੋ ਉਹ ਸਟਾਰ ਨੂੰ ਘਰੇ ਤੱਕ ਨਹੀਂ ਇੱਕ ਵਾਰ ਸੱਦਿਆ ਯਾਰ ਕੀ ਐ ਮੇ ਵੀਰੇ ਐਦਾਂ ਮੈਡਮ ਜੀ ਵਾਲਾ ਜੇ ਨੀਰੂ ਕੈਰੀ ਕਰਦੇ ਨੇ ਇਹ ਸੈੱਟ ਤੇ ਵੀ ਹਜੇ ਵੀ ਉਹ ਦਾਇਰਾ ਹੈਗਾ ਤੁਸੀਂ ਉਹ ਮੈਡਮ ਜੀ ਵਾਲਾ ਫੀਲ ਹਜੇ ਵੀ ਹੈਗਾ ਨਹੀਂ ਮੈਡਮ ਜੀ ਨਹੀਂ ਕਹਿੰਦਾ ਨੀਰੂ ਜੀ ਕਹਿ ਦਿੰਦਾ ਨੀਰੂ ਜੀ ਹੁੰਦੀ ਜੀ ਵੈਰੀ ਰਿਸਪੈਕਟਫੁਲ ਵੈਰੀ ਸਵੀਟ ਬਟ ਸਟਿਲ ਹੀ ਡਸਨਟ ਕਾਲ ਯੂ ਟੂ ਹਿਸ ਹਾਊਸ ਨਾ ਨੋ ਹੀ ਵਿਲ ਵੀ ਜਸਟ ਬੀ ਵੈਰੀ ਬਿਜ਼ੀ ਉਸ ਸਕੇਡਿਊਲ ਹੀ ਵਿਲ ਇਹਨੂੰ ਨਹੀਂ ਸੁਣਾ ਮੈਂ ਨੀਰੂ ਬਾਜਵੇ ਨੇ ਕਦੇ ਸੱਦਿਆ ਆਪਣੇ ਘਰੇ ਸੱਦਿਆ ਹਾਂ ਮੈਂ ਬਾਹਰ ਹੁਣ ਨਹੀਂ ਕਿਹਾ ਹੋਇਆ ਡੈਫੀਨਿਟਲੀ ਕਿਹਾ ਹੋਇਆ ਮੈਂ ਵੀ ਜਦੋਂ ਉੱਥੋਂ ਵਾਲੇ ਬਾਹਰ ਵਾਲੇ ਇੱਥੋਂ ਚੱਲ ਮਤਲਬ ਫੈਮਿਲੀ ਕੋਈ ਬਾਹਰ ਰਹਿੰਦੀ ਇੱਥੇ ਤਾਂ ਘਰ ਹੈ ਨਹੀਂ ਇੱਥੇ ਤਾਂ ਇੱਥੇ ਇਸ ਵਕਤ ਅਸੀਂ ਨੀਰੂ ਬਾਜਵਾ ਦੇ ਘਰੇ ਹੀ ਬੈਠੇ ਹਾਂ ਹਾਂ ਨੀਰੂ ਜੀ ਦਾ ਘਰ ਹੀ ਆ ਮੈਰੀਅਟ ਅਤੇ ਇੱਥੇ ਇਹਨਾਂ ਦੇ ਘਰ ਹੀ ਬੈਠੇ ਆਪਾਂ ਸੋ ਡੈਫੀਨਿਟਲੀ ਨਹੀਂ ਉੱਥੇ ਕਿਹਾ ਹੋਇਆ ਅਸੀਂ ਬਾਹਰ ਮਤਲਬ ਜਦੋਂ ਗਿਆ ਤਾਂ ਮੈਂ ਜਾਊਂਗਾ ਡੈਫੀਨਿਟਲੀ ਆਈ ਆਲਰੇਡੀ ਟੋਲਡ ਮਾਈ ਹਸਬੈਂਡ ਕਿ ਅਸੀਂ ਬਾਹਰ ਲੈ ਕੇ ਜਾਣਾ ਐਂਡ ਆਲ ਦੈਟ ਸੋ ਯੈਸ ਨਹੀਂ ਉਹ ਸਾਡੀ ਹੋਈ ਹੋਈ ਹੈ ਗੱਲ ਆਲਰੇਡੀ ਲਵਲੀ ਦੇਖੋ ਅਗਲੇ ਬਾਹਰ ਲੈ ਜਾਣ ਨੂੰ ਸੋਚੋ ਤੁਸੀਂ ਘਰੇ ਨਹੀਂ ਸੱਦਿਆ ਡੋਨਟ ਸੇ ਦੈਟ ਨਾਊ ਆਈ ਐਮ ਜਸਟ ਲਾਈਕ ਅੰਡਰਲਾਈਨਿੰਗ ਇਟ ਲਾਈਕ ਬਟ ਲਾਈਕ ਯੂ ਨੋ ਕੈਰੈਕਟਰ ਤੁਸੀਂ ਬਹੁਤ ਨਿਭਾਏ ਆਪਣੇ ਕਰੀਅਰਸ ਦੇ ਵਿੱਚ ਇਸੇ ਕਰਕੇ ਕਈ ਲੋਕ ਯਾਦ ਕਰਦੇ ਨੇ ਕਈ ਫੈਮਿਲੀਜ਼ ਲਾਈਕ ਇਸ ਗੱਲ ਦੇ ਉੱਤੇ ਵੀ ਸਿਨੇਮਾ ਕਰਨ ਚੱਲ ਜਾਂਦੇ ਲਾਈਕ ਮਾਈ ਫਾਦਰ ਫਰੈਂਕਲੀ ਆਸਕ ਹੈ ਨਾ ਐਮੀ ਵਿਰਕ ਦੀ ਫਿਲਮ ਆ ਗਈ ਕੋਈ ਹੈ ਨਾ ਉਹ ਇਸ ਤਰ੍ਹਾਂ ਨਾਲ ਕਰਦੇ ਨੇ ਬਟ ਤੁਹਾਡੇ ਆਪਣੇ ਕਿਰਦਾਰਾਂ 'ਚੋਂ ਲਾਈਕ ਜਿਹੜਾ ਤੁਹਾਨੂੰ ਕਿਰਦਾਰ ਕਰਦੇ ਹੋਏ ਸਭ ਤੋਂ ਇੰਜੋਏ ਕੀਤਾ ਅਤੇ ਤੁਸੀਂ ਦੇਖਦੇ ਹੋਏ ਉਹਨਾਂ ਦਾ ਇੰਜੋਏ ਕੀਤਾ ਤੁਹਾਡਾ ਐਮੀ ਦਾ ਫੇਵਰੇਟ ਕੈਰੈਕਟਰ ਕਿਹੜਾ ਆ ਜਿਹੜਾ ਉਹਨਾਂ ਦਾ ਤੁਸੀਂ ਵੇਖਿਆ ਹੋਵੇ ਤੁਹਾਨੂੰ ਬਹੁਤ ਇੰਜੋਏ ਕੀਤਾ ਬੰਬੂਘਾਟ ਹਾਂਜੀ ਆਈ ਸੌ ਮੈਂ ਉਹ ਪਲੇਨ 'ਚ ਦੇਖੀ ਸੀ ਐਂਡ ਆਈ ਰੀਲੀ ਇੰਜੋਏਡ ਇਟ ਤੇ ਐਮੀ ਵੀ ਤੁਹਾਨੂੰ ਡਿਪਾਰਟਮੈਂਟ ਉਹ ਚ ਆ ਗਏ ਸੀ ਨਾ ਉਦੋਂ ਗਾਣੇ ਗਾਉਣ ਲੱਗ ਗਏ ਸੀ ਹੁਣ ਗਾਣੇ ਗਾ ਕੇ ਕਿਹੜਾ ਮੈਂ ਡਿਪਟੀ ਲੱਗਣਾ ਸੀ ਆਉਣਾ ਤਾਂ ਇਧਰਲੇ ਪਾਸੇ ਸੀ ਹਨਾ ਵੀ ਗਾਣੇ ਕਰ ਲਏ ਐਲਬਮ ਕਰ ਲਈ ਸੈਕਿੰਡ ਲੀਡ ਕਰ ਲਿਆ ਫਿਲਮਾਂ ਕਰ ਲਈਆਂ ਬਾਲੀਵੁੱਡ ਕਰ ਲਿਆ ਅੱਗੇ ਹਨਾ ਸੋ ਉਧਰਲੇ ਫਿਰ ਸੁਪਨੇ ਸਟਾਰਟ ਹੋ ਗਏ ਸੀ ਉਦੋਂ ਤਾਂ ਕਰਕੇ ਮੈਨੂੰ ਉਹ ਵਾਲਾ ਬਹੁਤ ਜ਼ਿਆਦਾ ਵਧੀਆ ਲੱਗਦਾ ਆਪਣਾ ਕਿਰਦਾਰ ਦੋਹਾਂ ਨੂੰ ਦੋਹਾਂ ਦਾ ਫੇਵਰੇਟ ਕਿਹੜਾ ਕਿਹੜਾ ਤੋ ਮੈਨੂੰ ਪਤਾ ਹਰਜੀਤ ਦਾ ਬਹੁਤ ਸਪੈਸ਼ਲ ਬਟ ਇੰਜੋਏ ਸਭ ਤੋਂ ਵੱਧ ਕਿਹੜਾ ਕੀਤਾ ਤੁਸੀਂ ਮੈਨੂੰ ਕਿਸਮਤ ਵਾਲਾ ਵਧੀਆ ਲੱਗਦਾ ਕਿਸਮਤ ਮੇਰੇ ਨਾਲ ਸੇਮ ਜਿਹੀ ਮਤਲਬ ਇੱਕ ਛਵੀ ਜਾਂਦੇ ਨਾ ਜਿਵੇਂ ਤੁਸੀਂ ਅੱਜ ਸਰਤਾਜ ਭਾਅ ਜੀ ਗਾਉਂਦੇ ਆ ਅਤੇ ਉਹਨਾਂ ਦੀ ਕੰਪੀਟੀਸ਼ਨ ਕੋਈ ਹੋਰ ਬੰਦਾ ਵੀ ਗਾਊਗਾ ਤੁਹਾਨੂੰ ਪਤਾ ਲੱਗ ਜੂਗਾ ਵੀ ਸਰਤਾਜ ਭਾਅ ਦੀ ਕੰਪੀਟੀਸ਼ਨ ਉਹ ਇੱਕ ਟੱਚ ਜਿਹਾ ਹਰੇਕ ਬੰਦੇ ਦਾ ਹਰੇਕ ਫਿਲਮ ਦਾ ਅੱਜ ਜਿਵੇਂ ਮੈਂ ਕਹਿ ਲਾਂ ਦਲਜੀਤ ਭਾਈ ਦਾ ਇੱਕ ਫਤਿਹ ਵਾਲਾ ਕਰੈਕਟਰ ਹੈ ਜਿਹੜਾ ਜੱਟਨ ਜੂਲੀਅਟ ਵਾਲਾ ਅਤੇ ਉਹ ਹਰ ਫਿਲਮ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਮਾੜਾ ਦਿਖਦਾ ਹੁਣ ਜਿਵੇਂ ਮੇਰਾ ਨਿੱਕਾ ਜੈਲਦਾਰ ਵਾਲਾ ਜਾਂ ਕਿਸਮਤ ਵਾਲੇ ਉਹ ਰਲਵੇਂ ਮਿਲਵੇਂ ਜਿਹੇ ਹੀ ਆ ਸਾਰੇ ਹੈ ਨਾ
ਤੇ ਉਹ ਇੱਕ ਉਹਨੂੰ ਟੱਚ ਜਿਹਾ ਦੇਖਦਾ ਹੀ ਉਹ ਸਾਰੇ ਮੈਨੂੰ ਸੇਮ ਜਿਹੀ ਲੱਗਦੇ ਮੈਨੂੰ ਤਾਂ ਕੁਛ ਲੈਦਾ ਨਹੀਂ ਲੱਗਿਆ ਇਹਦੇ 'ਚ ਕੁਛ ਹੈਗਾ ਮਤਲਬ ਇਹਦੇ 'ਚ ਥੋੜ੍ਹਾ ਜਿਹਾ ਚਲੋ ਗ੍ਰੇ ਲਾ ਲਓ ਜਾਂ ਕੁਛ ਲਾ ਲਓ ਇਹਦੇ 'ਚ ਥੋੜ੍ਹੇ ਵੱਖਰੇ ਹੁੰਦੇ ਬਾਕੀ ਤਾਂ ਜਿੰਨਾ 'ਚ ਮਤਲਬ ਆਪ ਕੰਮ ਕਰ ਲਿਆ ਹੀਰੋ ਹੀਰੋਇਨ ਉਹ ਤਾਂ ਮੈਂ ਤਾਂ ਸੇਮ ਹੀ ਲੱਗਦੇ ਸਾਰੇ ਬਿਲਕੁਲ ਤੇ ਨੀਰੂ ਇੱਕ ਤਾਂ ਪੂਜਾ ਫਰਮ ਜੱਟ ਐਂਡ ਜੂਲੀਅਟ ਐਂਡ ਲਾਚੀ ਐਂਡ ਆਈ ਥਿੰਕ ਦੋਨੋ ਫਿਲਮਾਂ ਮੇਰੀ ਲਾਈਫ 'ਚ ਟਰਨਿੰਗ ਪੁਆਇੰਟ ਸੀ ਕਿ ਲਾਈਕ ਆਈ ਸਟਾਰਟਡ ਫਰਮ ਜੱਟ ਐਂਡ ਜੂਲੀਅਟ ਆਬਵੀਅਸਲੀ ਮੈਂ ਨਵਾਂ ਸਟਾਰਟ ਸੀ ਲਾਚੀ ਹਾਂਜੀ ਬਿਲਕੁਲ ਦੋ ਦੋ ਹੀ ਲਾਈਕ ਇੱਕ ਅੱਛਾ ਇੱਕ ਇਹਨਾਂ ਬੈਂਚਮਾਰਕ ਸਾਬਤ ਹੋਈਆਂ ਨੇ ਸਿਰਫ ਐਸੇ ਕਰਕੇ ਜਾਂ ਹੋਰ ਵੀ ਕੁਝ ਸਪੈਸ਼ਲਿਟੀ ਹੈਗੀ ਨਾ ਕਿਰਦਾਰਾਂ ਦੀ ਦੇ ਮਾਈ ਫੇਵਰਿਟ ਕੈਰੈਕਟਰਸ ਔਰ ਮੈਂ ਫਿਲਮਾਂ ਮਤਲਬ ਬਾਰ ਮੈਂ ਖੁਦ ਬਾਰ ਬਾਰ ਦੇਖ ਸਕਦੀ ਹਾਂ ਕੁਝ ਇਹੋ ਜਿਹੀਆਂ ਫਿਲਮਾਂ ਕਿ ਮੈਂ ਦੇਖ ਵੀ ਨਹੀਂ ਸਕਦੀ ਮਤਲਬ ਮੈਂ ਇਹ ਨਹੀਂ ਕਹੂੰਗਾ ਕਿ ਮੈਨੂੰ ਨਾਮ ਦੱਸੋ ਕਿ ਕਿਹੜੀਆਂ ਐਸੀਆਂ ਫਿਲਮਾਂ ਨੇ ਜਿਹੜੀ ਤੁਸੀਂ ਨਹੀਂ ਦੇਖ ਸਕਦੇ ਕੋਈ ਜੀ ਸਾਨੂੰ ਨਾ ਜੇ ਆਰਟਿਸਟ ਦਾ ਪਤਾ ਕੀ ਸਿਆਪਾ ਹੁੰਦਾ ਇੱਕ ਤਾਂ ਪੰਜਾਬ ਦੇ ਵਿੱਚ ਆਬੀ ਨੇ ਤੁਹਾਨੂੰ ਪਤਾ ਡਬਿੰਗ ਕਰਨੀ ਪੈਂਦੀ ਹੈ ਨਾ ਇੱਕ ਤਾਂ ਫਿਲਮ ਬਹੁਤ ਵਧੀਆ ਹੋਵੇ ਮੈਂ ਇੱਕੋ ਦਿਨ 'ਚ ਨਿਬੇੜ ਦਿੰਦਾ ਹੁੰਦਾ ਜੇ ਕਿਤੇ ਫਿਲਮ ਮਾੜੀ ਹੋਵੇ ਨਾ ਓਏ ਹੋਏ ਮੈਂ 20-20 ਦਿਨ ਲੈ ਲੈਣਾ ਡਬਿੰਗ ਕਰਦੇ ਰੋਜ਼ ਦੋ ਇੱਕ ਅੱਧੀ ਕਰੀਲ ਕਰ ਲਈ ਚੱਲੀਏ ਯਾਰ ਵਧੀਆ ਨਹੀਂ ਹੈਗੀ ਚੱਲੀਏ ਯਾਰ ਇੱਦਾਂ ਪਰ ਜ਼ਿੰਦਗੀ ਦੇ ਵਿੱਚ ਮੈਨੂੰ ਇੱਕ ਅੱਧੀ ਵਾਰੀ ਮੌਕਾ ਮਿਲਿਆ ਇੱਦਾਂ ਦੀ ਲਾਈਫ ਦੇ ਵਿੱਚ ਇੱਦਾਂ ਦਾ ਕੰਮ ਕਰਨ ਦਾ ਅਦਰਵਾਈਜ਼ ਮੈਂ ਸੇਮ ਡੇ ਹੀ ਫਿਨਿਸ਼ ਕਰਦਾ ਹੁੰਦਾ ਮੈਕਸੀਮਮ 2 ਦਿਨ ਅੱਛਾ ਮੈਕਸੀਮਮ 2 ਦਿਨ ਕੀ ਬਾਤ ਹੈ ਵੈਸੇ ਆਪਾਂ ਡਬਿੰਗ ਤੇ ਬਹੁਤ ਪੈਂਦਾ ਜਦੋਂ ਮਾੜੀ ਫਿਲਮ ਹੋਵੇ ਉਦੋਂ ਬਹੁਤ ਮਤਲਬ ਸਿਆਪੀ ਚੜ ਜਾਂਦਾ ਜਾਨ ਤੇ ਦਿਸ ਇਜ਼ ਆਲਸੋ ਅ ਮੋਮੈਂਟ ਮੈਂ ਵੀ ਵਿਰਕ ਨੂੰ ਮਿੱਠਾ ਖਾਂਦੇ ਹੋਏ ਵੇਖ ਰਿਹਾ ਉਹ ਇਦਾਂ ਨਹੀਂ ਮੈਂ ਖਾ ਲਈ ਨਾ ਮੰਮਾ ਹੁਣ ਅੱਛਾ ਖਾ ਲੈਂਦੇ ਹਾਂ ਮੈਨੂੰ ਅੱਜ ਹਾਂ ਤੇ ਕੀ ਹੋਇਆ ਅੱਜ ਜ਼ੁਕਾਮ ਲੱਗਿਆ ਜੇ ਜ਼ੁਕਾਮ ਲੱਗਿਆ ਤਦ ਮਿੱਠਾ ਖਾਂਦੇ ਹਾਂ ਵੈਸੇ ਤੇ ਨੀਰੂ ਕਿੰਨਾ ਕੁ ਤੁਸੀਂ ਛੱਡਿਆ ਆ ਮੈਂ ਆ ਫਿਲਹਾਲ ਤਾਂ ਕੁਝ ਨਹੀਂ ਛੱਡਿਆ ਮੈਂ ਪਲੇਨ 'ਚ ਬੜਾ ਕੁਝ ਖਾਦਾ ਪੀਤਾ ਤੇ ਯੂ ਨੋ ਬਟ ਆਈ ਡੂ ਐਵਰੀਥਿੰਗ ਇਨ ਬੈਲੈਂਸ ਤੇ ਹੁਣ ਨਾ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਹੈ ਨਾ ਸਿਨੇਮਾ ਹੈ ਜਾਂ ਫਿਰ ਮੈਂ ਕਹਿੰਦਾ ਸ਼ੂਟਿੰਗਸ ਤੇ ਤੀਜੀ ਚੀਜ਼ ਹੁੰਦੀ ਹੈ ਪਲੇਨਸ ਵਾਟ ਇਜ਼ ਯੋਰ ਵਰਸਟ ਪਲੇਨ ਰਾਈਡ ਲਾਈਕ ਮੇਰੀ ਹੁਣੇ ਸੀ 3 ਵੀਕਾਂ ਹੋ ਗਈਆਂ ਮੈਂ ਜਾ ਰਿਹਾ ਸੀ ਬੰਬੇ ਅੱਛਾ ਮੌਨਸੂਨ ਚੱਲਦਾ ਉੱਥੇ ਤੁਹਾਨੂੰ ਪਤਾ ਮੇਰੇ ਨਾਲ ਦੀ ਸੀਟ ਤੇ ਗਿਆਨੀ ਭਾਜੀ ਸੀ ਗੁਰਪ੍ਰੀਤ ਭਲੇੜੀ ਭਾਜੀ ਮਤਲਬ 1.5 ਘੰਟਾ ਹੀ ਨਾਮ ਜਪਿਆ ਦੂੰਗਾ ਜਣੇ ਨੇ ਸਤਨਾਮ ਵੈਗਰੂ ਸੌ ਲੱਗੇ ਇੰਨੀ ਮਤਲਬ ਅੱਜ ਤੱਕ ਇੰਨੀ ਮਾੜੀ ਟੇਬਲ ਮੈਂ ਦੇਖੀ ਨਹੀਂ ਕਦੇ ਸੌ ਲੱਗੇ ਸਾਨੂੰ ਐਂ ਸੀ ਜਦੋਂ ਅਸੀਂ ਉੱਤਰੇ ਫਿਰ ਮੈਂ ਉਹਨੂੰ ਪੁੱਛਿਆ ਮੈਡਮ ਨੂੰ ਮੈਂ ਕਿਹਾ ਤੁਸੀਂ ਯੂਜ਼ ਟੂ ਆ ਕਿ ਸਾਡੇ ਨਾਲ ਹੀ ਹੋਇਆ ਜੇ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਤੁਸੀਂ ਬਹੁਤ ਬੁਰਾ ਹਾਲ ਹੁੰਦਾ ਫਿਰ ਉਸ ਤੋਂ ਬਾਅਦ 'ਚ ਮੈਨੂੰ ਜਮਾਂ ਡਰ ਨਹੀਂ ਲੱਗਿਆ ਅੱਛਾ ਉਦੋਂ ਬਾਅਦ ਵੀ ਟਰਬਲੈਂਸ ਆਈਆਂ ਫਿਰ ਮੈਂ ਡਰਿਆ ਨਹੀਂ ਕੀ ਬਾਤ ਹੈ ਤੇ ਨਹੀਂ ਬਹੁਤ ਬੁਰਾ ਹਾਲ ਸੀਗਾ ਬਈ ਮੇਰਾ ਵੀ ਆਈ ਸੀ ਕੁਛ ਆਈ ਡੋਨਟ ਨੋ ਕਪਲ ਇਅਰਸ ਬੈਕ ਉਹ ਜਿਹੜਾ ਛੋਟੇ ਜਿਹੇ ਪਲੇਨ ਨਹੀਂ ਹੁੰਦੇ ATR ਇੱਕ ਤਾਂ ਉਹ ਦੇਖ ਕੇ ਆਮ ਲਾਈਕ ਕਿਉਂ ਬਟ ਪਹੁੰਚਣਾ ਸੀ ਐਂਡ ਮਤਲਬ ਮੋਸਟਲੀ ਤਾਂ ਚੰਡੀਗੜ੍ਹ ਤੋਂ ਦਿੱਲੀ ਜਾਂ ਇੱਧਰ ਹੀ ਹੁੰਦੇ ਨੇ ਪਹਿਲਾਂ ਮਤਲਬ ਫਲਾਈਟ ਡਿਲੇ ਹੁੰਦੀ ਗਈ ਫਿਰ ਸਾਨੂੰ ਬਿਠਾਤਾ ਮੈਂ ਕਿ ਕੈਨਸਲ ਹੀ ਕਰ ਦਿੰਦੇ ਇਟ ਵਾਸ ਹੋਰਬਲ ਮੈਂ ਨਾ ਨਿਊਜ਼ੀਲੈਂਡ ਵੈਲਿੰਗਟਨ ਤੋਂ ਟੋਰੰਗਾ ਜਾ ਰਿਹਾ ਸੀ ਪਤਾ ਨਹੀਂ ਆਕਲੈਂਡ ਤੋਂ ਟੋਰੰਗਾ ਕਿਤੇ ਛੁੱਟੀ ਤੋਂ ਲਾਈਟ ਸੀ ਉਹ 'ਚ ਫਰਾਣਾ ਜਹਾਜ਼ ਸੀ ਮੀਂਹ ਪੈਣ ਲੱਗ ਗਿਆ ਚੋਣ ਲੱਗ ਗਿਆ ਵਿੱਚ ਪਾਣੀ ਆਉਣ ਲੱਗ ਗਿਆ ਤੇ ਉਹ ਤਾਂ ਖਲੋ ਗਏ ਨਾ ਵਿੱਚ ਬੰਦੇ ਜਿਵੇਂ ਪੀਟ ਕੇ ਖੜੇ ਹੁੰਦੇ ਆ ਜਿਹੜੇ ਨਾ ਫੜ ਕੇ ਬੰਦੇ ਤੇ ਉਹ ਕਹਿੰਦੀ ਬਹਿ ਜਾ ਕੁਛ ਨਹੀਂ ਹੋਇਆ ਯਾਰ ਹੋਸਟਲ ਸੀਗੀ ਬਜ਼ੁਰਗ ਜੀ ਵਿਚਾਰੀ ਹੈ ਨਾ ਬੋਰੀ ਸੀਗੀ ਤੇ ਉਹ ਤੋਂ ਚੋਣ ਲੱਗ ਗਿਆ ਉਹ ਬਿਲਕੁਲ ਮੈਂ ਕਿਹਾ ਯਾਰ ਇਹ ਤਾਂ ਕੀ ਪਤਾ ਕਦੋਂ ਪਾਰਟ ਜਾਣਾ ਵੀ ਬਿਲਡਿੰਗ ਬੁਲਡਿੰਗ ਕਰਾਓ ਇਹਦੇ ਤਾਂ ਮਾੜਾ ਮੋਟਾ ਨਾ ਕੋਈ ਜੋੜ ਜੂੜ ਦਵਾਓ ਉੱਤੇ ਥੱਲੇ ਜਾਏਗਾ ਬਸ ਹੋਏਗੀ ਪੋਸੀਬਿਲਿਟੀ ਵੀ ਨਹੀਂ ਨਾ ਫਿਰ ਕੋਈ ਬਚਾ ਹੋ ਜੇ ਸੰਸਕਾਰ ਵਾਸਤੇ ਵੀ ਨਹੀਂ ਮਿਲਣਾ ਸਭ ਤੋਂ ਸੇਫੈਸਟ ਫਾਰਮ ਆਫ ਟਰੈਵਲਿੰਗ ਏਅਰਪਲੇਨਸ ਫਿਲਹਾਲ ਇਹ ਜਿਹੜਾ ਮੂਡ ਇਹਨਾਂ ਦਾ ਯਾਦ ਆਉਣੇ ਦਾ ਮੈਨੂੰ ਹੱਥ ਪੈਣ ਲੱਗੇ ਮੈਂ ਜਾਣ ਆ ਜਿਹੜੀ ਗੱਲਾਂ ਸੁਣਾ ਰਹੇ ਨੇ ਮੈਂ ਵੀ ਹੁਣ ਬਾਰਿਸ਼ ਹੋਇਆ ਕਰੀ ਮੈਂ ਦੇਖੂੰਗਾ ਤਾਂ ਚੌਂਦਾ ਤਾਂ ਨਹੀਂ ਫਿਲਹਾਲ ਵੀ ਵਿਸ਼ ਯੂ ਆਲ ਦ ਬੈਸਟ ਜਿਹੜੀ ਕੈਮਿਸਟਰੀ ਮੈਂ ਤੁਹਾਨੂੰ ਸੱਚੀ ਗੱਲ ਕਹਾਂ ਕਿ ਅੱਜ ਤੁਹਾਨੂੰ ਮਿਲ ਕੇ ਮੈਨੂੰ ਲੱਗਦਾ ਹੈ ਕਿ ਸ਼ੂਟਿੰਗ ਬਹੁਤ ਵਧੀਆ ਹੋਈ ਹੋਏਗੀ ਐਂਡ ਕਿਉਂਕਿ ਕਹਿੰਦੇ ਜਦ ਕੋ ਸਟਾਰਸ ਇਕੱਠੇ ਬਹਿੰਦੇ ਨੇ ਨਾ ਇਫ ਦੇ ਇੰਜੋਏ ਦ ਕੰਫਰਟ ਔਰ ਇਫ ਦੇ ਆਰ ਇੰਜੋਇੰਗ ਪ੍ਰੋਮੋਟਿੰਗ ਦੇਅਰ ਫਿਲਮ ਨਾ ਤਾਂ ਉਹ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਅਤੇ ਉਮੀਦ ਕਰਾਂਗੇ ਕਿ 19 ਤਰੀਕ ਨੂੰ ਲੋਕ ਦਰਸ਼ਕ ਬਹੁਤ ਪਿਆਰ ਨਾਲ ਇਸ ਫਿਲਮ ਨੂੰ ਦੇਖਣ ਅਤੇ ਜਿੰਨਾ ਪਿਆਰ ਤੁਹਾਡੇ ਗੀਤ ਨੂੰ ਮਿਲਿਆ ਸੀਗਾ ਨਾ ਉਹ ਤੋਂ ਵੱਧ ਕੇ ਇਸ ਫਿਲਮ ਨੂੰ ਮਿਲੇ ਅਤੇ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਦੀ ਔਖੀ ਗੱਲ ਕਹੀ ਤੁਹਾਨੂੰ ਕਿੱਡੀ ਔਖੀ ਗੱਲ ਹੈ ਨਾ ਚਲੋ ਅੱਜ ਨਵਾਂ ਕੁਛ ਕਹਿਣਾ ਅੱਜ ਉਹ ਜੀ ਗੱਲ ਨਹੀਂ ਕਹਿਣੀ ਜਿਹੜੀ ਪਹਿਲਾਂ ਕਹਿੰਦੇ ਹੁੰਦੇ ਹੋ ਅੱਜ ਕੁਛ ਨਵਾਂ ਕਹਿ ਕੇ ਜਾਇਓ ਸੋ ਤੈਨੂੰ ਸੱਚੀ ਬਹੁਤ ਜ਼ਿਆਦਾ ਵਧੀਆ ਫਿਲਮ ਹੈ ਨਵੀਂ ਗੱਲ ਉਦੋਂ ਦੀ ਨਹੀਂ ਕੀਤੀ 25 ਮਿੰਟ ਹੋ ਗਏ ਇੰਟਰਵਿਊ ਸ਼ੁਰੂ ਹੋਏ ਨਾ ਲੌਂਗ ਲੈਚੀ ਦੀ ਗੱਲ ਕੇ ਪਿੱਛੇ ਪੋਸਟਰ ਲੌਂਗ ਲੈਚੀ ਦੇ ਲੱਗੇ ਬਹੁਤ ਵਧੀਆ ਫਿਲਮ ਆ ਅੱਛਾ ਅੱਛਾ ਇਹ ਕਹੀ ਨਹੀਂ ਸੀ ਗੱਲ ਇਸ ਵਾਰ ਤੁਸੀਂ ਕਿਤੇ ਚੌੜ ਕਰਦੇ ਹੋ ਸੱਚੀ ਬਹੁਤ ਜ਼ਿਆਦਾ ਵਧੀਆ ਫਿਲਮ ਆ ਤੇ ਫਿਲਮਾਂ 'ਚ ਅਸੀਂ ਤਿੰਨਾਂ ਨੇ ਮਰ ਜਾਣਾ ਐਂਡ 'ਚ ਅੱਛਾ ਨਵੀਂ ਗੱਲ ਦਾ ਕਿਸਮਤ 4 ਤੇ ਸਜਣ 19 ਤਰੀਕ ਨੂੰ ਫਿਲਮ ਰਿਲੀਜ਼ ਹੋ ਜਾਣੀ ਆ ਅੰਮ੍ਰਿਤਦੀਪ ਭਾਈ ਦੀ ਲਿਖੀ ਤੇ ਡਾਇਰੈਕਟ ਕੀਤੀ ਹੈ ਫਿਲਮ ਤੇ ਆਈ ਹੋਪ ਤੁਸੀਂ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਦਿੱਤਾ ਸੀ ਤੁਸੀਂ ਇਸ ਫਿਲਮ ਨੂੰ ਵੀ ਉਨੇ ਜ਼ਿਆਦਾ ਪਿਆਰ ਦਿਓਗੇ
ਤੇ ਜੈਨੂਇਨਲੀ ਬਹੁਤ ਜ਼ਿਆਦਾ ਵਧੀਆ ਫਿਲਮ ਆ ਤੇ ਅੱਗੇ ਗਾਣੇ ਵੀ ਡੇ ਬਾਏ ਡੇ ਅਸੀਂ ਹੋਰ ਰਿਲੀਜ਼ ਕਰਨੇ ਨੇ ਇੱਕ ਅੱਧਾ ਅੱਜ ਰਿਲੀਜ਼ ਹੋ ਜਾਣਾ ਆਪ ਜੇ ਇੰਟਰਵਿਊ ਆ ਜਾਊਗਾ ਬਿਲਕੁਲ ਬਿਲਕੁਲ ਜੀ ਸੁਣਾ ਦਿਓ ਇੱਕ ਗਾਣਾ ਫਿਰ ਜਾਣ ਤੋਂ ਪਹਿਲਾਂ ਮੇਰਾ ਕੋਈ ਹੈ ਨਹੀਂ ਨਾ ਅੱਛਾ ਇਸ ਚ ਕੋਈ ਤੁਹਾਡਾ ਗਾਣਾ ਨਹੀਂ ਹੈਗਾ ਮੇਰਾ ਉਹ ਜਿਹੜਾ ਲਾਹੌਰ ਵਾਲਾ ਪ੍ਰੋਮੋ ਚ ਆਇਆ ਹੋਇਆ ਸੀਗਾ ਉਹ ਪ੍ਰੋਮੋਸ਼ਨ ਸੌਂਗ ਆ ਫਿਲਮ ਦਾ ਗਾਣਾ ਨਹੀਂ ਹੈਗਾ ਅੱਛਾ ਤੇ ਉਹੀ ਸੁਣਾ ਦਿਓ ਤੁਹਾਡੇ ਮੂੰਹ ਚ ਮੇਰੀ ਟੌਫੀ ਆ ਮੈਂ ਤਾਂ ਲੈ ਨਹੀਂ ਆਉਂਦਾ ਨਾਲੇ ਜ਼ੁਕਾਮ ਵੀ ਆ ਕਿਉਂ ਤੰਗ ਕਰਦੇ ਹੋ ਤੰਗ ਨਹੀਂ ਕਰ ਰਹੇ ਲੇਕਿਨ ਇਹਨਾਂ ਦਾ ਜਿਹੜਾ ਗੀਤ ਟਾਈਟਲ ਟਰੈਕ ਲੌਂਗ ਲਾਚੀ 2 ਹੈ ਉਹ ਕਮਾਲ ਹੋ ਤੁਸੀਂ ਕਿਤੇ ਵੀ ਸੁਣ ਸਕਦੇ ਹੋ ਕਿਉਂਕਿ ਜਿੱਥੇ ਮਰਜ਼ੀ ਲੰਘਦੇ ਟੱਪ ਤੇ ਸੁਣੀ ਜਾਂਦਾ ਅੱਜ ਕੱਲ੍ਹ ਤਾਂ ਜੈਨੂਇਨਲੀ ਬਹੁਤ ਸੋਹਣਾ ਹੈ ਬਿਲਕੁਲ ਫਿਲਹਾਲ ਅਸੀਂ ਉਮੀਦ ਕਰਾਂਗੇ ਕਿ ਜਿੰਨਾ ਪਿਆਰ ਇਹਨਾਂ ਦੇ ਆਪਸ ਦੇ ਵਿੱਚ ਕੰਮ ਕਰਨ ਦੇ ਵਿੱਚ ਹੈਗਾ ਉਹਨਾਂ ਦਰਸ਼ਕ ਇਹਨਾਂ ਦੀ ਫਿਲਮ ਨੂੰ ਵੀ ਜ਼ਰੂਰ ਦੇਣ ਕਿਉਂਕਿ ਪੰਜਾਬੀ ਫਿਲਮਾਂ ਗਰੋ ਕਰਨਗੀਆਂ ਤਾਂ ਹੀ ਸਾਨੂੰ ਵੱਡਾ ਤੇ ਬਿਹਤਰ ਹੋਰ ਸਿਨੇਮਾ ਮਿਲਦਾ ਰਹੇਗਾ ਦੇਸ਼ ਨੂੰ ਇਹਦੀ ਤਮਾਮ ਖਬਰਾਂ ਦਾ ਸਿਲਸਿਲਾ ABP ਸਾਂਝਾ ਤੇ ਜਾਰੀ ਹੈ ਮੈਨੂੰ ਯਾਨੀ ਕਿ ਭਵਨੀਤ ਕੌਸ਼ਲ ਦਿਓ ਇਜਾਜ਼ਤ